ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੋ ਬੇਨਤੀ ਕਰਨੀ ਹੈ ਪੰਜਾਬੀ ਬੋਲੀ ਜਾਂ ਗੁਰਮੁਖੀ ਅੱਖਰਾਂ ਬਾਬਤ, ਉਹਦੇ 'ਚੋਂ ਉਹਦਾ ਇੱਕ ਜਾਂ ਦੋ ਪੱਖਾਂ ਬਾਰੇ ਗੱਲ ਕਰਨੀ ਹੈ। ਉਹ ਇਸ ਤਰ੍ਹਾਂ ਕਰਨੀ ਕਿ ਜਿਹੜਾ ਅੱਜ ਦਾ ਜ਼ਮਾਨਾ ਹੈ, ਜਿਹੜਾ ਯੁੱਗ ਹੈ, ਇਹ ਦੌਰ ਅੱਜ ਦਾ, ਇਹਦੇ 'ਚ ਹਰ ਆਮ ਬੰਦੇ ਨੂੰ ਇਹ ਵੀ ਹੈ ਕਿ ਮੇਰੀ ਜੀਵਨ ਦੀ ਜਿਹੜੀ ਕਿਰਿਆ ਆਚਾਰ ਵਿਹਾਰ ਹੈ ਉਹ ਸੌਖਾ ਹੋ ਜਾਏ, ਅਤੇ ਮੇਰੇ ਧੀਆਂ ਪੁੱਤਾਂ ਅਤੇ ਹੋਰ ਸੰਬੰਧੀਆਂ ਦਾ ਵੀ ਜੀਵਨ ਸੌਖਾ ਹੋ ਜਾਏ। ਇਹ ਗੱਲ ਜਿਹੜਾ ਕੋਈ ਆਮ ਬੰਦਾ ਮਜ਼ਦੂਰੀ ਕਰਦਾ, ਖੇਤੀ ਕਰਦਾ, ਨੌਕਰੀ ਕਰਦਾ, ਉਹਦੇ ਤੋਂ ਲੈ ਕੇ ਜਿਹੜੇ ਰਾਜ ਕਰਦੇ ਨੇ, ਜਿਹੜੇ ਵਪਾਰ ਕਰਦੇ ਨੇ, ਉਹਨਾਂ ਸਾਰਿਆਂ ਤੱਕਰ ਇਹ ਲਾਗੂ ਰਹਿੰਦੀ ਹੈ। ਸਾਡੇ ਇੱਥੇ ਪਿੰਡਾਂ 'ਚ ਵੀ, ਵੱਡਿਆਂ ਸ਼ਹਿਰਾਂ 'ਚ ਵੀ, ਦੁਨੀਆਂ ਦੇ ਮੁਲਕਾਂ 'ਚ ਵੀ, ਸਾਰੇ ਕਿਤੇ ਕੁਝ ਵੰਡਾਂ ਨੇ, ਤਾਂ ਬੰਦਿਆਂ ਦਾ ਆਪਸ ਦੇ ਵਿੱਚ ਦੀ ਜੋ ਰਿਸ਼ਤਾ ਹੈ ਅਤੇ ਆਪੋ 'ਚ ਜਿਹੜੀ ਲੜਾਈ ਹੈ, ਦੋਵੇਂ ਤਰ੍ਹਾਂ ਨਾਲ ਬੰਦਾ ਬੋਲੀ ਦੀ ਵਰਤੋਂ ਕਰਦਾ। ਅਤੇ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਇਸੇ ਪ੍ਰਸੰਗ 'ਚ ਹੀ ਹੈ ਕਿ ਚਾਹੇ ਅਸੀਂ ਆਪਦਾ ਜੀਵਨ ਨਿਰਵਾਹ ਕਰੀਏ ਖੇਤੀ ਦੇ ਰੂਪ 'ਚ, ਮਜ਼ਦੂਰੀ ਦੇ ਰੂਪ 'ਚ, ਨੌਕਰੀ ਦੇ ਰੂਪ 'ਚ, ਅਤੇ ਚਾਹੇ ਬੰਦੇ ਨਿਰਵਾਹ ਕਰਨ ਆਪਦਾ ਵਪਾਰ ਦੇ ਰੂਪ 'ਚ, ਰਾਜਨੀਤੀ ਦੇ ਰੂਪ 'ਚ, ਸਾਰੇ ਥਾਈਂ ਜਿਹੜੀ ਚੀਜ਼ ਸਾਡੇ 'ਚ ਸਾਂਝੀ ਹੈ ਉਹ ਬੋਲੀ ਹੈ। ਕਿ ਕੋਈ ਮਨੁੱਖ ਕੁਝ ਵੀ ਕਰਦਾ, ਇੱਥੋਂ ਤੱਕ ਕਿ ਜਿਹੜੇ ਧਰਮ ਕਰਮ 'ਚ ਨੇ, ਸਾਧਨਾ ਤਪੱਸਿਆ 'ਚ ਨਵੇਂ, ਜਿਹੜੇ ਦੁਨੀਆ ਨਾਲ ਗੱਲ ਨਹੀਂ ਕਰਦੇ, ਜੋ ਰੱਬ ਨਾਲ ਗੱਲ ਵੀ ਕਰਦੇ ਨੇ ਅਖੀਰ ਨੂੰ, ਉਹਨਾਂ ਕੋਲ ਵੀ ਸ਼ਬਦ ਹੀ ਹੈ। ਤਾਂ ਇਸ ਕਰਕੇ ਜੀਵਨ ਦੇ ਸਾਰੇ ਅਮਲਾਂ 'ਚ ਜਿਹੜਾ ਸ਼ਬਦ ਹੈ, ਜਿਹੜੀ ਬੋਲੀ ਹੈ, ਉਹਦੀ ਬਹੁਤ ਵੱਡੀ ਮਹਾਨਤਾ ਹੈ। ਜਾਂ ਇਹ ਕਿਹੋ ਕਿ ਸਭ ਤੋਂ ਵੱਡੀ ਮਹਾਨਤਾ ਹੀ ਇਸ ਸ਼ਬਦ ਦੀ ਹੈ। ਬੰਦਾ ਆਪਦੀ ਪਛਾਣ, ਆਪਦਾ ਗਿਆਨ, ਆਪਦੀ ਜਾਇਦਾਦ, ਜੋ ਵੀ ਕੁਝ ਕਹਿੰਦਾ ਵੀ ਮੇਰਾ ਹੈ ਜਾਂ ਸਾਡਾ ਹੈ, ਉਹਦਾ ਜਿਹੜਾ ਦਾਅਵਾ ਹੈ ਉਹ ਸਾਰਾ ਸ਼ਬਦਾਂ 'ਚ ਹੈ, ਉਹ ਸਾਰਾ ਅੱਖਰਾਂ 'ਚ ਹੈ। ਇਹ ਤੁਹਾਡਾ ਦਾਅਵਾ ਚਾਹੇ ਆਪਦੇ ਲੋਕਾਂ 'ਚ ਮਿਲਵਰਤਨ ਵਜੋਂ ਹੋਵੇ, ਚਾਹੇ ਸਰਕਾਰ ਦੇ ਕਾਗਜ਼ਾਂ 'ਚ ਹੋਵੇ, ਜਿਵੇਂ ਵੀ ਹੋਵੇ, ਅਖੀਰ ਨੂੰ ਮਨੁੱਖ ਦੇ ਸਭ ਦਾਅਵੇ ਅੱਖਰਾਂ ਹੇਠ ਨੇ ਜਾਂ ਅੱਖਰਾਂ ਦੇ ਨਾਲ ਹੀ ਚੱਲਦੇ ਨੇ। ਤਾਂ ਜਿੱਥੇ ਕੋਈ ਚਾਹੁੰਦਾ ਹੈ, ਜਿਵੇਂ ਵੀ ਚਾਹੁੰਦਾ ਹੈ ਕਿ ਉਹ ਆਪਣੀ ਜਾਂ ਆਪਣੇ ਧੀਆਂ ਪੁੱਤਾਂ ਦੀ ਜਾਂ ਆਪਣੇ ਆਲੇ ਦੁਆਲੇ ਦੀ ਜਿਹੜੀ ਹਾਲਤ ਹੈ ਉਹਨੂੰ ਸੁਧਾਰ ਸਕੇ, ਉਹਨੂੰ ਵਧੀਆ ਬਣਾ ਲਵੇ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਬੰਦੇ ਦੇ ਮਨ 'ਚ ਖਿਆਲ ਆਉਂਦਾ, ਵਿਚਾਰ ਸੁਪਨਾ ਆਉਂਦਾ। ਉਹ ਖਿਆਲ ਵਿਚਾਰ ਸੁਪਨਾ ਵੀ ਬੋਲੀ ਅਧੀਨ ਹੈ। ਅਤੇ ਜਦੋਂ ਬੰਦਾ ਉਹ ਖਿਆਲ ਨੂੰ ਪੂਰਾ ਕਰਨ ਲਈ ਤੁਰਦਾ, ਦੂਜਿਆਂ ਮਨੁੱਖਾਂ ਨਾਲ ਸਾਂਝਾ ਕਰਦਾ, ਉਹਦੇ ਪੂਰਨ ਕਰਨ ਦਾ ਪ੍ਰਬੰਧ ਜਟਾਉਂਦਾ, ਉਹ ਵੀ ਸਾਰਾ ਬੋਲੀ ਰਾਹੀਂ ਹੁੰਦਾ। ਜਿੱਦਾਂ ਆਪਾਂ ਇਹ ਅੱਜ ਸਮਾਗਮ ਕਰ ਰਹੇ ਹਾਂ ਕਿ ਸੁਨੇਹਾ ਲਾਇਆ ਵੀ ਉੱਥੇ ਆਓ ਭਾਈ ਗੱਲ ਹੋਊਗੀ, ਇਹ ਸਾਰਾ ਜਿਹੜਾ ਅਮਲ ਹੈ ਆਪਣੇ ਅੱਜ ਦੇ ਸਮਾਗਮ ਦਾ, ਇਹ ਵੀ ਸਾਰਾ ਬੋਲੀ ਰਾਹੀਂ ਹੈ, ਅੱਖਰਾਂ ਰਾਹੀਂ ਹੈ। ਮਤਲਬ ਗੱਲ ਆਪਾਂ ਜਿਹੜੀ ਸ਼ੁਰੂ ਕਰਦੇ ਹਾਂ ਉਹ ਇਸ ਤਰ੍ਹਾਂ ਹੈ ਕਿ ਸਾਡਾ ਜੋ ਵੀ ਅਮਲ ਹੈ, ਸਾਡੇ ਮਨ ਦੀਆਂ ਜੋ ਭਾਵਨਾਵਾਂ ਨੇ ਉਹ ਸਾਰੀਆਂ ਸ਼ਬਦ ਨਾਲ ਜੁੜੀਆਂ ਹੋਈਆਂ ਨੇ,
ਉਹ ਸਾਰੀਆਂ ਬੋਲੀ ਨਾਲ ਜੁੜੀਆਂ ਹੋਈਆਂ ਨੇ। ਇਸੇ ਕਰਕੇ ਸਾਨੂੰ ਇਹ ਗੱਲ ਬਹੁਤ ਸੌਖਿਆਂ ਸਮਝ ਆ ਸਕਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਜੋ ਕਿਹਾ ਹੈ ਉਹਦਾ ਇੱਕ ਅਰਥ ਸਾਡੇ ਸੰਸਾਰੀ ਜੀਵਨ ਦੇ ਵਿੱਚ ਵੀ ਹੈ, ਉਹਦਾ ਦੂਜਾ ਅਰਥ ਜੋ ਅਸੀਂ ਮਹਾਂਪੁਰਸ਼ਾਂ ਕੋਲ ਧਾਰਮਿਕ ਹਸਤੀਆਂ ਕੋਲ ਜਾਂਦੇ ਹਾਂ ਤਾਂ ਸ਼ਬਦ ਦਾ ਜਿਹੜਾ ਸਭ ਤੋਂ ਵੱਡਾ ਰੂਪ ਹੈ, ਜਿਹੜਾ ਕਰਤਾਰੀ ਰੂਪ ਹੈ, ਉਹ ਵੀ ਸਾਡੇ ਕੋਲ ਸ਼ਬਦ ਰਾਹੀਂ ਪ੍ਰਗਟ ਹੁੰਦਾ ਹੈ, ਵੱਡਿਆਂ ਦੇ ਸ਼ਬਦਾਂ ਨੇ ਸਾਡੇ ਕੋਲ ਆਉਂਦਾ ਹੈ ਅਤੇ ਸਾਨੂੰ ਜੋ ਪਤਾ ਲੱਗਦਾ, ਕਿਉਂਕਿ ਦੁਨੀਆ ਦੇ ਵੱਡੇ ਹਿੱਸੇ ਨੂੰ ਰੱਬ ਬਾਰੇ ਜਿਹੜੀ ਜਾਣਕਾਰੀ ਹੈ, ਜੋ ਰੱਬ ਬਾਰੇ ਅਹਿਸਾਸ ਹੈ, ਉਹ ਸਿੱਧੇ ਮੱਥੇ ਤਾਂ ਕਰੋੜਾਂ 'ਚੋਂ ਇੱਕ ਅੱਧੇ ਨੂੰ ਹੁੰਦਾ, ਬਾਕੀ ਸਾਰਿਆਂ ਦੇ ਮਨ 'ਚ ਉਹ ਆਪਣੇ ਤੋਂ ਵੱਡਿਆਂ ਤੋਂ ਸ਼ਬਦਾਂ ਰਾਹੀਂ ਸਾਡੇ ਕੋਲ ਆਇਆ। ਜੋ ਵੀ ਰੱਬ ਬਾਰੇ ਸਾਡੇ ਕੋਲ ਜਾਣਕਾਰੀ ਹੈ, ਜੋ ਗੁਰੂ ਬਾਰੇ ਸਾਡੇ ਕੋਲ ਜਾਣਕਾਰੀ ਹੈ, ਉਹ ਸਾਰੀ ਸ਼ਬਦਾਂ ਰਾਹੀਂ ਤੁਰ ਕੇ ਸਾਡੇ ਕੋਲ ਆਈ ਹੈ। ਅਤੇ ਅਸੀਂ ਸਾਰੇ ਬੰਦੇ, ਚਾਹੇ ਤੁਸੀਂ ਗੁਰਦੁਆਰੇ ਦਿਨ 'ਚ ਦੋ ਵਾਰ ਆਓ, ਚਾਹੇ ਇੱਕ ਵਾਰ ਆਓ, ਚਾਹੇ ਤੁਸੀਂ ਕਦੇ ਲੰਗੇ ਡੰਗ ਆਉਂਦੇ ਹੋ, ਪਰ ਜਿੰਨਾ ਚਿਰ ਸਾਡੇ ਇਹ ਸਵਾਸ ਚੱਲਦੇ ਨੇ ਉਨਾ ਚਿਰ ਸਾਡੇ ਅੰਦਰ ਸ਼ਬਦ ਚੱਲਦਾ। ਕੋਈ ਮਨੁੱਖ ਦਿਨ 'ਚ ਭੋਜਨ ਦੋ ਦੀ ਥਾਂ 'ਤੇ ਇੱਕ ਵੇਲੇ ਛਕ ਸਕਦਾ, ਪਾਣੀ ਪੰਜ ਚਾਰ ਵੇਲੇ ਦੀ ਥਾਂ 'ਤੇ ਇੱਕ ਵੇਲੇ ਪੀ ਸਕਦਾ, ਪਰ ਜਿਵੇਂ ਸਾਡੇ ਸਾਹ ਚੱਲਦੇ ਰਹਿੰਦੇ ਹੈ ਉਹਨਾਂ ਤੋਂ ਵੀ ਬਹੁਤ ਤੇਜ਼ ਸਾਡੇ ਅੰਦਰ ਸ਼ਬਦ ਚੱਲਦਾ ਰਹਿੰਦਾ। ਬੰਦਾ ਇੱਕ ਮਿੰਟ 'ਚ 15-18 ਸਾਹ ਲੈਂਦਾ, ਪਰ ਜਿਹੜਾ ਸ਼ਬਦ ਹੈ ਉਹ ਇੱਕ ਪਲ ਦੇ ਅੰਦਰ ਬੰਦੇ ਦੇ ਮਨ 'ਚ ਕਈ ਵਾਰ ਚੱਲ ਜਾਂਦਾ। ਤਾਂ ਇਸ ਕਰਕੇ ਅਸੀਂ ਆਪਦੇ ਘਰ ਰਹੀਏ, ਆਪਦੇ ਕੰਮ 'ਤੇ ਹੋਈਏ, ਗੁਰੂ ਘਰ ਹੋਈਏ ਜਾਂ ਹੋਰ ਕਿਤੇ ਵੀ ਹੋਈਏ, ਚੰਗੇ ਚਾਹੇ ਮਾੜੇ ਥਾਂ, ਹਰ ਥਾਂ 'ਤੇ ਸ਼ਬਦ ਸਾਡੇ ਅੰਦਰ ਚੱਲਦਾ, ਸ਼ਬਦ ਸਾਡੇ ਨਾਲ ਚੱਲਦਾ। ਜਿਹੜੇ ਇਹ ਸ਼ਬਦ ਨੇ, ਜਿਹੜੇ ਇਹ ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਨੇ, ਇਹ ਮਨੁੱਖ ਦੀ ਸਭ ਤੋਂ ਵੱਡੀ ਜਾਇਦਾਦ ਨੇ। ਜਿਹੜੇ ਦੁਨੀਆ ਦੇ ਸਿਆਣੇ ਨੇ ਉਹ ਇਹ ਗੱਲ ਜਾਣਦੇ ਨੇ ਕਿ ਅਸੀਂ ਆਮ ਬੰਦੇ ਹਾਂ, ਆਪਦੇ ਧੀਆਂ ਪੁੱਤਾਂ ਨੂੰ ਚਾਰ ਪੈਸੇ, ਇੱਕ ਘਰ, ਥੋੜ੍ਹੀ ਮੋਟੀ ਜ਼ਮੀਨ, ਨਿੱਕੇ ਮੋਟੇ ਸਾਧਨ ਦੁਨੀਆ 'ਚ ਜਿਹੜੇ ਚੱਲਦੇ ਆ ਉਹ ਛੱਡ ਕੇ ਜਾਂਦੇ ਹਾਂ। ਪਰ ਜਿਹੜੇ ਸਿਆਣੇ ਨੇ ਉਹ ਸਮਝਦੇ ਨੇ ਕਿ ਧੀਆਂ ਪੁੱਤਾਂ ਨੂੰ ਜੋ ਦੇ ਕੇ ਜਾਣਾ ਸਭ ਤੋਂ ਜ਼ਰੂਰੀ ਉਹ ਸ਼ਬਦ ਹੁੰਦਾ। ਅਤੇ ਜਿਹੜਾ ਤੁਸੀਂ ਆਪਦੀ ਵਿਰਾਸਤ ਵਿੱਚੋਂ ਦਿੰਦੇ ਹੋ ਤਾਂ ਤੁਹਾਡੇ ਬੱਚੇ ਤੁਹਾਡੇ ਹੁੰਦੇ ਨੇ, ਜੇ ਉਹ ਨਹੀਂ ਦੇ ਸਕਦੇ ਉਹ ਖੂਨ ਕਰਕੇ ਸਾਡੇ ਹੁੰਦੇ ਨੇ, ਪਰ ਉਹ ਆਤਮਾ ਕਰਕੇ ਸਾਡੇ ਨਹੀਂ ਰਹਿੰਦੇ। ਇਸ ਕਰਕੇ ਜਦੋਂ ਵੀ ਜਿਵੇਂ ਵੀ ਜਿੰਨਾ ਕੁ ਵੀ ਅਸੀਂ ਆਪਣੇ ਜੀਵਨ 'ਚ, ਆਪਣੇ ਆਲੇ ਦੁਆਲੇ ਧੀਆਂ ਪੁੱਤਾਂ ਦੇ ਜੀਵਨ 'ਚ ਜਿੱਥੋਂ ਤੱਕ ਸਾਡੀ ਨਿਗਾਹ ਜਾਂ ਸੋਚ ਜਾਂਦੀ ਹੈ, ਉਹਨਾਂ ਲੋਕਾਂ ਦੇ ਜੀਵਨ 'ਚ ਜੇ ਕੋਈ ਬਦਲਾਅ ਲਿਆਉਣਾ ਚਾਹੁੰਦੇ ਹਾਂ ਸੋਚ 'ਚ ਵਜੋਂ ਚਾਹੇ ਅਮਲ ਵਜੋਂ, ਉਹ ਸਾਰੇ 'ਚ ਸ਼ਬਦਾਂ ਦੀ ਸਭ ਤੋਂ ਵੱਡੀ ਹਾਜ਼ਰੀ ਹੈ। ਇਹ ਗੱਲ ਸਿਆਣਿਆਂ ਨੇ ਪਹਿਲਾਂ ਬਹੁਤ ਪਹਿਲਾਂ ਕਹੀ ਹੈ ਕਿ ਬੰਦਾ ਆਪਦੀਆਂ ਸ਼ਬਦਾਂ ਤੋਂ ਪਛਾਣਿਆ ਜਾਂਦਾ। ਆਪਾਂ ਕਹਿੰਦੇ ਹਾਂ ਕਿ ਬੰਦਾ ਲੱਛਣਾਂ ਤੋਂ ਪਛਾਣਿਆ ਜਾਂਦਾ, ਕਿਉਂ? ਕਿਉਂਕਿ ਰਾਜਨੀਤੀ ਵਾਲੇ ਬੰਦੇ ਆਪਦੇ ਅਮਲ ਤੋਂ ਉਲਟੇ ਸ਼ਬਦ ਵਰਤ ਲੈਂਦੇ ਨੇ, ਵਪਾਰ ਵਾਲੇ ਬੰਦੇ ਆਪਦੇ ਕੰਮ ਤੋਂ ਉਲਟੇ ਸ਼ਬਦ ਵਰਤ ਲੈਂਦੇ ਨੇ। ਪਰ ਜਿਹੜੇ ਬੰਦੇ ਜ਼ਿਆਦਾ ਸਿਆਣੇ ਨੇ ਉਹ ਦੱਸਦੇ ਨੇ ਕਿ ਬੰਦਾ ਜੇ ਝੂਠੇ ਸ਼ਬਦ ਵੀ ਵਰਤੇ ਉਹ ਤਾਂ ਵੀ ਦੱਸ ਦਿੰਦੇ ਨੇ ਕਿ ਇਹ ਬੰਦਾ ਕੀ ਹੈ। ਜਦੋਂ ਬੰਦੇ ਦਾ ਮੂੰਹ ਖੁੱਲ੍ਹ ਗਿਆ ਤਾਂ ਉਹਦੀ ਆਤਮਾ ਦਾ ਪਰਦਾ ਉਤਰ ਜਾਂਦਾ, ਬਸ ਵੇਖਣ ਵਾਲੇ ਦੀ ਅੱਖ ਚਾਹੀਦੀ ਹੁੰਦੀ ਹੈ। ਜਿਵੇਂ ਸਾਡੇ ਪਿੰਡਾਂ ਦੇ ਲੋਕਾਂ ਨੂੰ ਬਿਨਾਂ ਮਿਲਿਆਂ ਹੀ ਬਹੁਤੇ ਲੀਡਰਾਂ ਦਾ ਪਤਾ ਹੁੰਦਾ ਕਿ ਉਹ ਝੂਠ ਬੋਲਦੇ ਨੇ।
ਅਸੀਂ ਉਹਨਾਂ ਨੂੰ ਕਦੇ ਮਿਲੇ ਨਹੀਂ ਹੁੰਦੇ, ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਇਹ ਨਵੀਆਂ ਸੰਦਾਂ ਰਾਹੀਂ, ਟੀ ਵੀ ਰਾਹੀਂ ਜਾਂ ਮੋਬਾਈਲ ਰਾਹੀਂ, ਜਾਂ ਉਹਨਾਂ ਦੀਆਂ ਗੱਲਾਂ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ, ਜਾਂ ਇੱਦਾਂ ਦੂਰੋਂ ਬੋਲਦਿਆਂ ਜਿੱਦਾਂ ਮੈਂ ਬੋਲ ਰਿਹਾ ਇੱਦਾਂ ਸੁਣਦੇ ਹਾਂ, ਸਾਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਬੰਦਿਆਂ ਦੀ ਆਤਮਾ ਉਹਨਾਂ ਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੀ। ਤਾਂ ਜਿਹੜੇ ਬੰਦੇ ਨੂੰ ਅਸੀਂ ਕਹਿੰਦੇ ਹਾਂ ਕਿ ਉਹਦੀ ਕਹਿਣੀ ਅਤੇ ਕਥਨੀ ਇੱਕ ਹੋਵੇ, ਉਹਨੂੰ ਸੱਚਾ ਜਾਣੀਦਾ, ਇਹਦਾ ਮਤਲਬ ਕਿ ਉਹ ਬੰਦਾ ਸ਼ਬਦ ਕਰਕੇ ਆਪਦੀ ਆਤਮਾ ਤੋਂ ਅਮੀਰ ਹੈ। ਉਹਦੇ ਪੱਲੇ ਪੈਸਾ ਹੋਵੇ ਨਾ ਹੋਵੇ, ਪਰ ਉਹਦੀ ਦਰਗਾਹ ਦੇ ਵਿੱਚ ਅਤੇ ਜਿੱਥੇ ਉਹ ਚਾਹਵੇ, ਜਿੱਥੇ ਉਹਦੀ ਹਾਜ਼ਰੀ ਹੋਵੇ, ਉੱਥੇ ਉਹਦੀ ਸੋਭਾ ਹੋਏਗੀ ਹੋਏਗੀ। ਜਦੋਂ ਅਸੀਂ ਗੁਰਬਾਣੀ 'ਚੋਂ ਕੁਛ ਹਵਾਲੇ ਲੈਂਦੇ ਹਾਂ ਭਗਤ ਸਾਹਿਬਾਨ ਦੇ, ਭਗਤ ਰਵਿਦਾਸ ਜੀ ਦੇ, ਭਗਤ ਨਾਮਦੇਵ ਜੀ ਦੇ, ਭਗਤ ਕਬੀਰ ਜੀ ਦੇ, ਭਗਤ ਪੀਪਾ ਜੀ ਦੇ, ਭਗਤ ਸਾਧਨਾ ਜੀ ਦੇ, ਤਾਂ ਸਾਨੂੰ ਦੋ ਤਿੰਨ ਗੱਲਾਂ ਬਹੁਤ ਸਾਫ਼ ਹੁੰਦੀਆਂ ਨੇ ਕਿ ਪੈਸੇ ਹੋਣ ਨਾਲ ਬੰਦੇ ਦੇ ਵਿੱਚ ਗੁਣ ਪੈਦਾ ਨਹੀਂ ਹੁੰਦਾ, ਬੰਦੇ 'ਚ ਗੁਣ ਹੋਣ ਨਾਲ ਉਹਦੇ ਦੁਆਲੇ ਮਾਇਆ ਜਾਂ ਸੰਸਾਰ ਜੁੜ ਜਾਂਦਾ। ਜਿਵੇਂ ਉਹ ਜੁੜਦਾ ਉਹਦੇ 'ਚ ਅਖੀਰ ਨੂੰ ਸਭ ਤੋਂ ਵੱਡਾ ਜਿਹੜਾ ਹਾਸਲ ਹੈ, ਜਿਹੜਾ ਉਹਦੇ 'ਚ ਹਿੱਸਾ ਹੈ, ਉਹ ਵੀ ਸ਼ਬਦਾਂ ਦਾ ਹੀ ਹੁੰਦਾ। ਜਿਹੜੇ ਆਪਾਂ ਕਹਿੰਦੇ ਹਾਂ ਕਿ ਮਹਾਂਪੁਰਸ਼ ਚੁੱਪ ਕਰ ਗਏ ਨੇ, ਉਹ ਨਹੀਂ ਬੋਲਦੇ ਪਰ ਦੁਨੀਆ ਉੱਥੇ ਫਿਰ ਜਾਂਦੀ ਹੈ, ਉਹਦਾ ਮਤਲਬ ਇੰਨਾ ਹੁੰਦਾ ਕਿ ਉਹਨਾਂ ਨੂੰ ਸ਼ਬਦ ਦੀ ਸਿੱਧੀ ਹੋ ਗਈ, ਉਹ ਬਿਨਾਂ ਕਹਿਆਂ ਜੋ ਕਹਿੰਦੇ ਨੇ ਉਹ ਲੋਕਾਂ ਨੂੰ ਮਹਿਸੂਸ ਹੋ ਜਾਂਦਾ। ਅਤੇ ਇਹੀ ਗੱਲ ਸਭ ਤੋਂ ਜ਼ਿਆਦਾ ਸਿੱਖਣ ਵਾਲੀ ਹੁੰਦੀ ਹੈ ਕਿ ਅਸੀਂ ਕੁਝ ਬਿਨਾਂ ਕਹਿਆਂ ਜਦੋਂ ਕਹਿ ਸਕਦੇ ਹਾਂ, ਉਹ ਹਾਲਤ ਜ਼ਿਆਦਾ ਵਧੀਆ ਹੁੰਦੀ ਹੈ ਕਿ ਜਦੋਂ ਅਸੀਂ ਬਹੁਤ ਕੁਝ ਕਹਿ ਕੇ ਵੀ ਕੁਝ ਨਹੀਂ ਕਹਿ ਸਕਦੇ ਉਹਦੇ ਨਾਲੋਂ। ਅੱਜ ਜਿਹੜਾ ਦੁਨੀਆ 'ਚ ਸਾਨੂੰ ਲੱਗਦਾ ਕਿ ਆਹ ਚੀਜ਼ ਠੀਕ ਨਹੀਂ ਹੋ ਰਹੀ, ਤਾਂ ਉਹਦਾ ਇੱਕ ਹਿੱਸਾ ਇਸ ਗੱਲ 'ਚ ਵਸਿਆ ਹੋਇਆ ਕਿ ਬੰਦੇ ਬਹੁਤ ਕੁਝ ਕਹਿ ਕੇ ਵੀ ਅਸਲ 'ਚ ਕੁਝ ਨਹੀਂ ਕਹਿ ਰਹੇ, ਬਹੁਤ ਲਿਖਿਆ ਬੋਲਿਆ ਜਾ ਰਿਹਾ, ਉਹਦਾ ਲੋਕਾਂ 'ਤੇ ਅਸਰ ਨਹੀਂ ਪੈਂਦਾ, ਕਿਉਂਕਿ ਕਹਿਣ ਵਾਲੇ ਦੇ ਆਪਣੇ ਜੀਵਨ 'ਤੇ ਅਸਰ ਨਹੀਂ ਪੈਂਦਾ। ਸ਼ਬਦ ਅਸਲ 'ਚ ਉਹੀ ਹੁੰਦਾ ਜੋ ਬੰਦੇ ਨੇ ਕਮਾ ਲਿਆ ਆਪਦੇ ਅਮਲ ਕਰਕੇ। ਜਿਹੜੇ ਬੰਦੇ ਦੇ ਪੱਲੇ ਜੋ ਹੈ, ਜੇ ਉਹ ਵੰਡੇ ਤਾਂ ਗਾਹਾਂ ਜਾਂਦਾ, ਜਿਹੜੀ ਗੱਲ ਬੰਦੇ ਦੇ ਪੱਲੇ ਹੈ ਹੀ ਨਹੀਂ, ਉਹ ਬੰਦਾ ਕਿੱਦਾਂ ਬਣਦਾ? ਮਸਲਨ ਬਹੁਤ ਸਾਰੇ ਡੇਰਿਆਂ ਤੋਂ ਲੋਕਾਂ ਨੂੰ ਨਾਮਦਾਨ ਦਿੰਦੇ ਨੇ ਬੰਦੇ, ਜਿੱਥੇ ਕੋਈ ਨਾਮਦਾਨ ਦੇਣ ਵਾਲਾ ਸੱਚੀ ਮੱਚੀ ਕਿਸੇ ਥਾਂ ਪਹੁੰਚਿਆ, ਉਹਦਾ ਅਸਰ ਤਾਂ ਸ਼ਾਇਦ ਪੈ ਸਕਦਾ, ਖਾਲੀ ਦਾ ਅਸਰ ਨਹੀਂ ਪੈਂਦਾ। ਉਹ ਐਂ ਖੜ ਕੇ ਬੋਲਣ ਵਾਲਾ, ਕੋਈ ਬਹਿ ਕੇ ਬੋਲਣ ਵਾਲਾ, ਕੋਈ ਇਕੱਲੇ ਸੀਸੇ ਸਾਹਮਣੇ ਬੋਲਣ ਵਾਲਾ, ਉਹ ਹਰ ਤਰ੍ਹਾਂ ਦੇ ਬੋਲ ਦਾ ਜਿਹੜਾ ਅਸਰ ਹੈ ਉਹਦੇ ਲੋਕਾਂ ਦੇ ਉੱਤੇ ਸੁਨੇਹੇ ਵਜੋਂ ਜਾਣ 'ਚ, ਅਸਰ ਨੂੰ ਅਖੀਰ ਨੂੰ ਇੱਕੋ ਹੀ ਗੱਲ ਹੈ ਕਿ ਉਸ ਮਨੁੱਖ ਦਾ ਜੋ ਕਹਿ ਰਿਹਾ ਉਹਦਾ ਆਪਦੇ ਸ਼ਬਦਾਂ ਨਾਲ ਕੀ ਰਿਸ਼ਤਾ। ਇੱਕ ਤਾਂ ਧਰਮ ਦੇ ਪੱਖ ਤੋਂ ਰਿਸ਼ਤਾ, ਦੂਜਾ ਹੁੰਦਾ ਵਿਰਸੇ ਦੇ ਪੱਖ ਤੋਂ ਰਿਸ਼ਤਾ। ਮੰਨ ਲਓ ਸਾਰੇ ਬੰਦੇ ਸਿੱਖ ਨਹੀਂ ਹਨ, ਪਰ ਪੰਜਾਬ 'ਚ ਰਹਿਣ ਵਾਲੇ ਬੰਦੇ ਪੰਜਾਬੀ ਦੇ ਹਨ, ਉਹਨਾਂ ਦਾ ਉਸ ਵਿਰਾਸਤ ਨਾਲ ਰਿਸ਼ਤਾ ਕਿਹੋ ਜਿਹਾ ਬਣਦਾ। ਸਭ ਤੋਂ ਜਿਹੜੀ ਸਾਡੇ ਸਾਹਮਣੇ ਵਾਪਰਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿਹੜੀ ਇੱਥੇ, ਉਹ ਸਾਨੂੰ ਜ਼ੋਰ ਲਾਉਂਦੀ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਦੀ ਥਾਂ 'ਤੇ ਅੰਗਰੇਜ਼ੀ ਪੜ੍ਹਾਈਏ, ਸ਼ਾਇਦ ਸਾਡਾ ਭਲਾ ਹੋ ਜਾਵੇ। ਕਮਾਲ ਤਾਂ ਇਸ ਗੱਲ ਦੀ ਕਿ ਸਾਡੇ ਸਾਹਮਣੇ ਸਾਡੇ ਬੰਦਿਆਂ ਨੇ ਅੰਗਰੇਜ਼ਾਂ ਦੀ ਜੇਲ੍ਹ ਇਸ ਕਰਕੇ ਝੱਲੀ ਕਿ ਅਸੀਂ ਤੁਹਾਡੇ ਸ਼ਬਦ ਨਹੀਂ ਮੰਨਣੇ, ਅਸੀਂ ਤੁਹਾਡੀ ਬੋਲੀ ਨਹੀਂ ਮੰਨਣੀ। ਮਸਲਾ ਕਾਨੂੰਨ ਦਾ ਨਹੀਂ ਹੁੰਦਾ ਇਕੱਲੇ ਦਾ, ਕਾਨੂੰਨ ਕਿਸੇ ਬੋਲੀ 'ਚ ਪੈਦਾ ਹੋਏ ਖਿਆਲ ਦਾ ਇੱਕ ਛੋਟਾ ਹਿੱਸਾ ਹੁੰਦਾ। ਅਤੇ ਅਜੋ ਅੱਜ ਦੇ ਮੌਕੇ ਸਾਡੇ ਬੰਦੇ ਕਿਸੇ ਵੀ ਤਰੀਕੇ ਨਾਲ, ਚਾਹੇ ਰਾਜਨੀਤੀ ਕਰਕੇ, ਚਾਹੇ ਧਰਮ ਪ੍ਰਚਾਰ ਕਰਕੇ, ਚਾਹੇ ਸਮਾਜ ਦੀ ਸੇਵਾ ਕਰਕੇ, ਜੇ ਕੁਝ ਭਲਾ ਕਰਨਾ ਚਾਹੁੰਦੇ ਨੇ ਤਾਂ ਉਹਦਾ ਪਹਿਲਾ ਅਮਲ ਇਹ ਹੈ
ਕਿ ਅਸੀਂ ਆਪ ਦੀ ਜਿਹੜੀ ਬੋਲੀ ਹੈ ਉਹ ਕਿੰਨੀ ਆਪ ਵਰਤਦੇ ਹਾਂ, ਕਿੰਨੀ ਆਪਦੇ ਬੱਚਿਆਂ ਨੂੰ ਸਿਖਾਉਂਦੇ ਹਾਂ। ਦੁਨੀਆ 'ਚ ਐਸਾ ਕੋਈ ਮੁਲਕ ਨਹੀਂ ਹੈ ਜਿਹੜਾ ਹੋਰਾਂ ਦੀ ਬੋਲੀ ਬੋਲ ਕੇ ਆਪਦੇ ਲੋਕਾਂ ਦਾ ਭਲਾ ਕਰ ਸਕੇ। ਦੁਨੀਆ 'ਚ ਜਿੱਥੇ ਵੀ ਕਿਸੇ ਸਰਕਾਰ ਨੇ, ਕਿਸੇ ਸੰਸਥਾ ਨੇ, ਕਿਸੇ ਧਾਰਮਿਕ ਅਦਾਰੇ ਨੇ ਜੇ ਲੋਕਾਂ ਦਾ ਕੋਈ ਸੱਚੀ ਮੱਚੀ ਕਲਿਆਣ ਕੀਤਾ ਤਾਂ ਉਹ ਉਹਨਾਂ ਦੀ ਬੋਲੀ ਰਾਹੀਂ ਹੋ ਸਕਦਾ ਕਿ ਉਹਨਾਂ ਦੇ ਬੱਚੇ ਆਪਦੀ ਵਿਰਾਸਤ ਨੂੰ ਸਿੱਖਣ, ਆਪਦੇ ਧਰਮ ਇਤਿਹਾਸ ਨੂੰ ਸਿੱਖਣ। ਜੇ ਆਪਾਂ ਆਪਣੇ ਪੰਜਾਬ ਦੇ ਪ੍ਰਸੰਗ 'ਚ ਗੱਲ ਕਰੀਏ ਤਾਂ ਜਿੱਦਾਂ ਇੱਥੇ ਮੈਨੂੰ ਪਤਾ ਲੱਗਿਆ ਕਿ ਜੋ ਬਾਬਾ ਜੀ ਨੇ ਇੱਥੇ ਉਹ ਬਹੁਤ ਸਾਰੇ ਬੱਚਿਆਂ ਨੂੰ ਸੰਥਿਆ ਦੇ ਚੁੱਕੇ ਨੇ ਅਤੇ ਹਾਲੇ ਦੇ ਰਹੇ ਨੇ। ਔਰ ਇਹੀ ਕੰਮ ਹੈ ਜਿਹੜਾ ਉਹ ਹਰ ਇੱਕ ਗੁਰਦੁਆਰੇ ਦਾ ਤਾਂ ਹੈ ਹੀ ਹੈ, ਹਰ ਇੱਕ ਮਾਂ ਪਿਓ ਦਾ ਹੈ ਕਿ ਉਹ ਆਪਦੇ ਬੱਚੇ ਨੂੰ 5 ਪੜ੍ਹਾਵੇ 10 ਪੜ੍ਹਾਵੇ, ਪਰ ਉਹਨੂੰ ਜਵਾਨ ਹੋਣ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਜ਼ਰੂਰ ਦਵਾਵੇ ਆਪਦੀ ਜ਼ਿੰਮੇਦਾਰੀ ਵਜੋਂ। ਜਿਵੇਂ ਅੱਜ ਹਰ ਮਾਂ ਪਿਓ ਨੂੰ ਲੱਗਦਾ ਕਿ ਮੈਂ ਆਪਦੇ ਬੱਚੇ ਨੂੰ ਪੜ੍ਹਾ ਕੇ ਨੌਕਰੀ ਜੋਗਾ ਕਰ ਦਿਆਂ, ਇਹਦੋਂ ਵੀ ਵੱਧ ਜ਼ਰੂਰੀ ਹੈ ਕਿ ਆਪਣੇ ਬੱਚੇ ਨੂੰ ਅਸੀਂ ਗੁਰਮੁਖੀ ਪੜ੍ਹਾ ਕੇ, ਪੰਜਾਬੀ ਪੜ੍ਹਾ ਕੇ ਆਪਦੇ ਵਿਰਸੇ ਨਾਲ ਜੁੜਨ ਜੋਗਾ ਕਰ ਦਈਏ। ਕਿ ਜਿਹੜੇ ਬੰਦੇ ਕੋਲ ਆਪਣਾ ਵਿਰਸਾ ਨਹੀਂ ਹੈ ਉਹਦੇ ਬੰਦੇ ਹੋਣ ਦਾ ਕੋਈ ਮਾਨਾ ਨਹੀਂ ਰਹਿੰਦਾ, ਉਹ ਇਹੋ ਜਿਹਾ ਨੌਕਰਸ਼ਾਹ ਬਣਦਾ ਜਿਹੋ ਜਿਹਾ ਇੱਕ ਕੋਈ ਪੁਰਜਾ ਮਸ਼ੀਨ ਦਾ, ਉਹ ਨਾ ਸਾਡਾ ਹੁੰਦਾ ਉਹ ਨਾ ਕਿਸੇ ਹੋਰ ਦਾ ਹੁੰਦਾ। ਜਦੋਂ ਬੰਦੇ ਮਸ਼ੀਨ ਦੇ ਪੁਰਜਿਆਂ ਵਰਗੇ ਹੁੰਦੇ ਨੇ ਫਿਰ ਉਹ ਆਪਣੇ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਨੇ। ਸਾਡੇ ਬੰਦੇ ਦਫ਼ਤਰਾਂ ਜਾਂਦੇ ਨੇ, ਉਹਨਾਂ ਨੂੰ ਧੱਕੇ ਇੱਕ ਮਾਰਨ ਵਾਲੇ ਬੰਦੇ ਕਿੱਥੋਂ ਆਉਂਦੇ ਨੇ, 5-10 ਪਿੰਡਾਂ ਲਾਮ ਤੋਂ ਹੀ ਹੁੰਦੇ ਨੇ। ਸਾਡੇ ਬੰਦਿਆਂ ਨੂੰ ਬਿਨਾਂ ਗੱਲ ਤੋਂ ਥਾਣੇ 'ਚ, ਕਚਹਿਰੀ 'ਚ, ਹਸਪਤਾਲ 'ਚ, ਡਾਕਖਾਨੇ 'ਚ, ਬਿਜਲੀ ਦਫ਼ਤਰ 'ਚ, ਜਿੰਨੇ ਵੀ ਦਫ਼ਤਰ ਨੇ ਉੱਥੇ ਜੋ ਧੱਕਾ ਪੈਂਦਾ ਉਹ ਕੌਣ ਮਾਰਦਾ? ਦੂਜੀ ਦੁਨੀਆ ਤੋਂ ਥੋੜ੍ਹੇ ਬੰਦੇ ਆ ਜਾਂਦੇ ਆ ਵੀ ਮੰਗਲ ਗ੍ਰਹਿ ਤੋਂ ਆ ਕੇ ਕਿਤੋਂ, ਇੱਥੋਂ ਦੇ ਬੰਦੇ ਨੇ। ਉਹਨਾਂ 'ਚ ਇਹੋ ਜਿਹਾ ਕੀ ਵੜ ਜਾਂਦਾ ਕਿ ਸਾਡੇ ਧੀਆਂ ਪੁੱਤ ਸਾਡੇ ਛਿੱਤਰ ਮਾਰਦੇ ਆ ਕੇ? ਉਹਨਾਂ 'ਚ ਇੱਕੋ ਚੀਜ਼ ਵੜ ਜਾਂਦੀ ਹੈ ਕਿ ਉਹਨਾਂ ਕੋਲ ਆਪਣੇ ਵਿਰਸੇ ਦੀ ਸਮਝ ਨਹੀਂ ਹੁੰਦੀ। ਉਹ ਇੱਕ ਨੌਕਰੀ ਖਾਤਰ ਪੜ੍ਹ ਕੇ ਇੱਕ ਪੁਰਜਾ ਬਣ ਜਾਂਦੇ, ਉਹਨਾਂ 'ਚ ਬੰਦੇ ਹੋਣ ਵਾਲੀ ਗੱਲ ਨਹੀਂ ਰਹਿੰਦੀ। ਫਿਰ ਉਹਨਾਂ ਨੂੰ ਜਿਹੜਾ ਕੋਈ ਤਕੜਾ ਉਹ ਵਰਤ ਲੈਂਦਾ, ਕੋਈ ਵਪਾਰੀ ਵੱਧ ਪੈਸੇ ਵਾਲਾ ਉਹ ਵਰਤ ਜਾਂਦਾ, ਕੋਈ ਨੇਤਾ ਉਹਨਾਂ ਨੂੰ ਉਹ ਵਰਤ ਜਾਂਦਾ, ਕੋਈ ਉਹਨਾਂ ਦਾ ਰਿਸ਼ਤੇਦਾਰ ਹੈ ਉਹਨਾਂ ਨੂੰ ਉਹ ਵਰਤ ਜਾਂਦਾ। ਉਹਨਾਂ ਬੰਦਿਆਂ 'ਚ ਸੱਚ ਝੂਠ 'ਤੇ ਖੜ੍ਹਨ ਦੀ ਜਾਂ ਸੱਚ ਝੂਠ ਨੂੰ ਪਰਖਣ ਦੀ ਜਾਨ ਨਹੀਂ ਰਹਿੰਦੀ। ਇਸ ਕਰਕੇ ਨਹੀਂ ਰਹਿੰਦੀ ਕਿ ਪਹਿਲਾਂ ਛੋਟੇ ਹੁੰਦਿਆਂ ਉਹਨਾਂ ਨੂੰ ਮਾਂ ਬਾਪ ਤੋਂ, ਉਹਨਾਂ ਨੂੰ ਸਕੂਲ ਤੋਂ, ਉਹਨਾਂ ਨੂੰ ਗੁਰਦੁਆਰੇ ਤੋਂ, ਉਹਨਾਂ ਨੂੰ ਸੱਥ ਤੋਂ, ਉਹਨਾਂ ਨੂੰ ਇਸ ਘਰਾਂ 'ਚ ਪਈਆਂ ਕਿਤਾਬਾਂ ਤੋਂ, ਘਰਾਂ 'ਚ ਪਏ ਇਹ ਸੰਦਾਂ ਤੋਂ ਉਹਨਾਂ ਨੂੰ ਸੱਚ ਝੂਠ ਦੀ ਸਿੱਖਿਆ ਨਹੀਂ ਮਿਲੀ ਹੁੰਦੀ। ਉਹਨਾਂ ਨੂੰ ਕਿਸੇ ਨੇ ਨਹੀਂ ਸਮਝਾਇਆ ਹੁੰਦਾ ਕਿ ਜ਼ਿੰਦਗੀ 'ਚ ਪੈਸਾ ਵੱਡਾ ਨਹੀਂ ਹੈ। ਅਤੇ ਜਦੋਂ ਉਹਨਾਂ ਨੂੰ ਕਿਸੇ ਨੇ ਸਹੀ ਮੌਕੇ ਨਹੀਂ ਸਮਝਾਇਆ ਫਿਰ ਵੱਡੇ ਹੋਇਆਂ ਉਹ ਜੋ ਕਰਦੇ ਨੇ ਉਹ ਸਾਡੇ ਸਾਹਮਣੇ ਹੈ। ਮਸਲਾ ਇਹ ਨਹੀਂ ਕਿ ਤੁਸੀਂ ਪਰਚੀਆਂ ਪਾ ਕੇ ਇਹਦੀ ਸਰਕਾਰ ਬਣਾਤੀ ਕਿ ਉਹਦੀ ਬਣਾਤੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਇੱਥੇ ਬੈਠੇ ਭੈਣਾਂ ਭਰਾਵਾਂ 'ਚੋਂ ਕੋਈ ਬੰਦਾ ਮੰਤਰੀ ਬਣ ਵੀ ਜਾਵੇ, ਜਿਨ੍ਹਾਂ ਨੇ ਪ੍ਰਬੰਧ ਚਲਾਉਣਾ ਉਹ ਤਾਂ ਉਹੀ ਬੰਦੇ ਨੇ। ਦਫ਼ਤਰ ਦਾ ਬਾਬੂ ਤਾਂ ਉਹੀ ਹੈ, ਚੌਂਕ ਦਾ ਸਿਪਾਹੀ ਤਾਂ ਉਹੀ ਹੈ। ਮੰਤਰੀ ਬਦਲ ਜਾਓਗੇ ਕੀ ਕਰ ਦੂਗਾ ਉਹ? ਉਹਦੀ ਆਤਮਾ ਥੋੜ੍ਹੀ ਬਦਲ ਦਊਗਾ ਉਹਦੀ। ਇਸ ਕਰਕੇ ਜੇ ਕੋਈ ਸਾਡੀ ਭਲਾਈ ਹੋਣੀ ਹੈ, ਇੱਕ ਤਾਂ ਉਹ ਸਾਡੇ ਤੋਂ ਹੋਣੀ ਹੈ, ਆਪ ਤੋਂ ਹੋਣੀ ਹੈ। ਦੂਜਾ, ਅਸੀਂ ਆਪਦੇ ਬੱਚਿਆਂ ਨੂੰ ਆਪਦਾ ਵਿਰਸਾ ਪੜ੍ਹਾਵਾਂਗੇ, ਆਪਦਾ ਧਰਮ ਪੜ੍ਹਾਵਾਂਗੇ ਤਾਂ ਹੋਣੀ ਹੈ। ਦੁਨੀਆ 'ਚ ਇਹਦਾ ਹੋਰ ਕੋਈ ਰਾਹ ਸੌਖਾ ਹੈ ਨਹੀਂ ਅਤੇ ਨਾ ਕੋਈ ਗਾਹਾਂ ਨੂੰ ਸੰਭਾਵਨਾ ਇਹਦੀ ਹੈ। ਅਤੇ ਜੋ ਪੜ੍ਹਾਉਣਾ ਉਹ ਆਪਦੀ ਬੋਲੀ 'ਚ ਪੜ੍ਹਾਉਣਾ ਪੈਣਾ। ਤਾਂ ਬੰਦੇ ਦਾ ਆਪਦੇ ਮਾਂ ਪਿਓ ਨਾਲ, ਆਪਦੇ ਲੋਕਾਂ ਨਾਲ, ਆਪਦੇ ਵਿਰਸੇ ਨਾਲ ਵਿਹਾਰ ਸਹੀ ਰਹਿ ਸਕਦਾ। ਕਿਉਂਕਿ ਬੰਦੇ ਨੂੰ ਬੰਦਾ ਆਪਦੀ ਬੋਲੀ ਉਹਦੇ ਸ਼ਬਦ ਬਣਾਉਂਦੇ ਨੇ।
ਹੁਣ ਅਸੀਂ ਦੇਖਦੇ ਹਾਂ ਕਿ ਨਿੱਕੇ ਨਿੱਕੇ ਜਿਹੜੇ ਜਵਾਕ ਨੇ ਉਹਨਾਂ ਨੂੰ ਮਾਂ ਪਿਓ ਵੀ ਅੰਗਰੇਜ਼ੀ ਸਿਖਾਉਂਦੇ ਆ, ਸਕੂਲ ਵਾਲੇ ਵੀ ਅੰਗਰੇਜ਼ੀ ਸਿਖਾਉਂਦੇ ਆ, ਅਤੇ ਜਿਹੜੀਆਂ ਉਹ ਚੀਜ਼ਾਂ ਵੇਖਦੇ ਨੇ ਇਹੋ ਜਿਹੀਆਂ ਚੀਜ਼ਾਂ ਤੋਂ ਉਹ ਵੀ ਅੰਗਰੇਜ਼ੀ ਸਿਖਾਉਂਦੀ ਹੈ, ਅਤੇ ਫਿਰ ਉਹ ਜਵਾਕ ਕਿਹਦੇ ਹੋਏ? ਉਹ ਜਿਹੜੀ ਬੋਲੀ ਸਿੱਖਦੀ ਹੈ ਉਹ ਉਹਨਾਂ ਦੇ ਜਵਾਕ ਹੋਏ। ਜੇ ਸਾਡੇ ਬੱਚੇ ਹੋਣ ਉਹ ਤਾਂ ਹੋਣਗੇ ਜੇ ਉਹ ਸਾਡੀ ਬੋਲੀ ਜਾਣਦੇ ਹੋਣਗੇ। ਅਸੀਂ ਆਪਦੀ ਬੇਬੇ ਨੂੰ ਬੇਬੇ ਕਹਿੰਦੇ ਸੀ, ਜਵਾਕ ਹੁਣ ਸਾਨੂੰ ਪਾਪਾ ਨਹੀਂ ਕਹਿੰਦੇ ਨਾ ਬਾਪੂ ਕਹਿੰਦੇ ਆ, ਹੁਣ ਡੈਡੀ ਕਹਿੰਦੇ ਨੇ। ਇਕੱਲਾ ਇਕੱਲਾ ਜਿਹੜਾ ਸ਼ਬਦ ਹੈ, ਇੱਕ ਇੱਕ ਅੱਖਰ ਹੈ, ਇਹਦੇ 'ਤੇ ਕਈ ਕਈ ਪੀੜ੍ਹੀਆਂ ਦਾ ਮਿਹਨਤ ਲੱਗੀ ਹੋਈ ਹੈ। ਜਦੋਂ ਇੱਕ ਸ਼ਬਦ ਛੱਡ ਕੇ ਦੂਜੇ ਦਾ ਲੈਂਦੇ ਹਾਂ ਤਾਂ ਇੱਦਾਂ ਹੁੰਦਾ ਹੈ ਜਿੱਦਾਂ ਤੁਸੀਂ ਰਿਸ਼ਤਾ ਬਦਲ ਲਿਆ, ਵੀ ਆਪਦੀ ਸਕੀ ਧੀ ਭੈਣ ਛੱਡ ਕੇ ਕਿਸੇ ਹੋਰ ਨੂੰ ਕਿਹਾ ਵੀ ਸਾਡੀ ਕੁੜੀ ਇਹ ਹੈ, ਉਵੇਂ ਫਰਕ ਪੈਂਦਾ ਉਹਦਾ। ਵੀ ਜਦੋਂ ਹਰ ਚੀਜ਼ ਜਿਹੜੀ ਖਾਂਦੇ ਹਾਂ, ਜਿਹੜੀ ਪੀਂਦੇ ਹਾਂ, ਜਿਹੜੀ ਪਾਉਂਦੇ ਹਾਂ, ਉਹ ਜਿਵੇਂ ਜਿਵੇਂ ਸ਼ਬਦ ਬਦਲੇ ਜਾਂਦੇ ਆ ਉਵੇਂ ਉਵੇਂ ਬੰਦੇ ਦਾ ਸਾਰਾ ਕੁਝ ਬਦਲੀ ਜਾਂਦਾ। ਤੁਸੀਂ ਆਪਾਂ ਸਾਰੇ ਬੰਦੇ ਜਿਹੜੇ ਇੱਥੇ ਹਨ, ਤੁਸੀਂ ਜਦੋਂ ਕੋਈ ਦਫ਼ਤਰ ਜਾਂਦੇ ਹੋ ਤਾਂ ਉੱਥੇ ਸਾਡਾ ਜਿਹੜਾ ਬੰਦੇ ਨਾਲ ਵਾਹ ਪੈਂਦਾ ਉਹਨੂੰ ਬੁਲਾਉਂਦੇ ਕਿਵੇਂ ਕਹਿ ਕੇ ਨੇ? ਅੰਗਰੇਜ਼ਾਂ ਵੇਲੇ ਸਾਡੇ ਬੰਦੇ ਬਾਬੂ ਕਹਿਣ ਲੱਗੇ, ਬਾਬੂ ਬੰਗਾਲ ਦਾ ਸ਼ਬਦ ਹੈ, ਉਹ ਬੰਗਾਲੀ ਆਏ ਸੀਗੇ। ਜਿੱਦਾਂ ਜਿਹੜਾ ਸਾਡਾ ਇਲਾਕਾ ਜਿਹਨੂੰ ਮਾਲਵਾ ਕਹਿੰਦੇ ਹੈ, ਸਾਡੇ ਬੰਦੇ ਬਾਈ ਕਹਿ ਕੇ ਬੁਲਾਉਂਦੇ ਬੰਦਿਆਂ ਨੂੰ, ਜਿਹੜੇ ਪਾਕਿਸਤਾਨ ਵਾਲੇ ਪਰਲੇ ਪਾਸਿਓਂ ਸੀ ਉਹ ਭਾਪਾ ਜੀ ਕਹਿ ਕੇ ਬੁਲਾਉਂਦੇ ਸੀ, ਜਿਹੜੇ ਮਾਝੇ ਵਾਲੇ ਨੇ ਉਹ ਭਾਊ ਕਹਿ ਕੇ ਬੁਲਾਉਂਦੇ ਨੇ, ਉਵੇਂ ਅੰਗਰੇਜ਼ਾਂ 'ਚ ਸਰ ਕਹਿ ਕੇ ਬੁਲਾਉਂਦੇ ਆ। ਅਤੇ ਹੁਣ ਸਾਡੇ ਬੰਦੇ ਦਫ਼ਤਰ ਜਾ ਕੇ ਦੂਜੇ ਬੰਦੇ ਨੂੰ ਉਹ ਵੀ ਕਹਿਣ ਵਾਲਾ ਵੀ ਪੰਜਾਬੀ ਹੈ, ਸੁਣਨ ਵਾਲਾ ਪੰਜਾਬੀ, ਵੀ ਸਰ ਜੀ। ਜਿਹੜਾ ਇੱਕ ਬੰਦੇ ਦਾ ਦੂਜੇ ਨਾਲ ਰਿਸ਼ਤਾ ਹੈ ਉਹ ਸਾਡੀ ਬੋਲੀ 'ਚ ਨਹੀਂ ਹੈ, ਤਾਂ ਫਿਰ ਉਹ ਰਿਸ਼ਤੇ ਦੀ ਕੀਮਤ ਕੀ ਹੈ? ਜਵਾਕ ਦੀ ਮਾਂ ਬਾਪ ਨਾਲ, ਪੜ੍ਹਨ ਵਾਲੇ ਦੀ ਪੜ੍ਹਾਉਣ ਵਾਲੇ ਨਾਲ, ਦਫ਼ਤਰ ਦੇ ਵਿਚਾਲੇ ਦੀ ਲੋਕਾਂ ਵਾਲੇ ਨਾਲ, ਉਹ ਸਾਰੇ ਰਿਸ਼ਤੇ ਸਾਡੀ ਬੋਲੀ 'ਚ ਨਹੀਂ ਹਨ। ਤਾਂ ਇਹਦਾ ਮਤਲਬ ਜਿਹੜਾ ਬੰਦਾ ਦਫ਼ਤਰ ਗਿਆ ਅਤੇ ਜਿਹੜਾ ਦਫ਼ਤਰ 'ਚ ਬੈਠਾ ਉਹ ਭੈਣ ਭਰਾ ਨਹੀਂ ਹੈਗੇ, ਉਹ ਇੱਕ ਥਾਂ ਦੇ ਲੋਕ ਨਹੀਂ ਹੈਗੇ। ਦਫ਼ਤਰ ਵਾਲਾ ਬੰਦਾ ਮਾਲਕ ਹੈ, ਬਾਕੀ ਉਹਦੇ ਨੌਕਰ ਜਾਂ ਗੁਲਾਮ ਨੇ। ਆ ਰਹੇ ਨੇ ਉਹ ਇੰਨੇ ਹੀ ਹੈ ਕਿ ਬੱਚੇ ਆਪਦੀ ਬੋਲੀ ਸਿੱਖਣ। ਜੇ ਅਸੀਂ ਬੱਚੇ ਨੂੰ ਇੱਕ ਸ਼ਬਦ ਸਿਖਾਉਂਦੇ ਹਾਂ ਤਾਂ ਇਹ ਸ਼ਬਦ ਨਹੀਂ ਹੈ, ਇਹ ਇੱਦਾਂ ਹੀ ਹੈ ਜਿੱਦਾਂ ਤੁਸੀਂ ਉਹਨੂੰ ਸੋਨੇ ਚਾਂਦੀ ਦੀ ਮੋਹਰ ਦਿੱਤੀ, ਇੱਕ ਇੱਕ ਸ਼ਬਦ ਦੀ। ਸਾਡੇ ਹੁਣ ਕੁਛ ਬੰਦਾ ਆਪਾਂ ਜਦੋਂ ਗੱਲਾਂ ਕਰਦੇ ਹਾਂ, ਕਈ ਵਾਰੀ ਗੱਲਾਂ ਬੰਦਾ ਘੁਮਾ ਕੇ ਕਹਿੰਦਾ ਵੀ ਹੁਣ ਵੀ ਪੱਗ ਨੂੰ ਦਾਗ ਲੱਗ ਗਿਆ, ਪੱਗ ਬਟਾ ਲਈ, ਠੀਕ ਹੈ, ਪੱਗ ਪੈਰੀ ਧਰਤੀ। ਤਾਂ ਹੁਣ ਜਿਹੜੀਆਂ ਗੱਲਾਂ ਨੇ, ਪੱਗ ਦੇ ਵਿੱਚ ਇਕੱਲਾ ਕੱਪੜਾ ਨਹੀਂ ਹੈ, ਪੱਗ 'ਚ ਇਰਜ਼ਤ ਦੇ ਅਰਥ ਛੁਪੇ ਹੋਏ ਨੇ। ਹੁਣ ਇਹਦੀ ਥਾਂ 'ਤੇ ਜਦੋਂ ਕੋਈ ਹੋਰ ਸ਼ਬਦ ਲੈ ਕੇ ਆਵਾਂਗੇ ਤਾਂ ਉਹ ਉਹਦੇ 'ਚੋਂ ਇੱਜ਼ਤ ਨਿਕਲ ਜਾਏਗੀ, ਇਕੱਲਾ ਕੱਪੜਾ ਰਹਿ ਜਾਏਗਾ। ਇੱਦਾਂ ਸਾਡੇ ਬੰਦਿਆਂ ਦਾ ਆਪੋ ਵਿੱਚ ਰਿਸ਼ਤਾ ਘਰਾਂ ਦੇ ਵਿੱਚ ਅਤੇ ਲੋਕਾਂ ਦੇ ਵਿੱਚ, ਫਿਰ ਮੁੜ ਕੇ ਦਫ਼ਤਰਾਂ ਦੇ ਵਿੱਚ ਉਹ ਬਦਲ ਗਿਆ, ਕਿਉਂਕਿ ਅਸੀਂ ਆਪਦੇ ਸ਼ਬਦ ਬਦਲਣੇ। ਇਹ ਸਾਡਾ ਇੱਕ ਪੜਾਅ ਹੈ। ਦੂਜਾ ਇਹ ਹੁੰਦਾ ਕਿ ਜਦੋਂ ਕਿਸੇ ਦੀ ਘਰੋਂ ਚੀਜ਼ ਲਿਆਉਣ ਦੀ, ਘੱਟੋ ਘੱਟ ਉਹਨੂੰ ਵਰਤ ਕੇ ਤਾਂ ਆਪਣੇ ਹਿਸਾਬ ਨਾਲ ਨਾ, ਸਾਡੇ ਬੰਦੇ ਇੱਦਾਂ ਕਰਦੇ ਆ ਵੀ ਚੀਜ਼ ਵੀ ਅਗਲੇ ਦੀ ਹੈ ਅਤੇ ਵਰਤਣੀ ਵੀ ਉਹਦੇ ਤਰੀਕੇ ਨਾਲ ਹੈ। ਵੀ ਜੇ ਪੰਜਾਬੀ 'ਚ ਸ਼ਬਦ ਅੰਗਰੇਜ਼ੀ ਤੋਂ ਹੋਰੋਂ ਥਾਂ ਆ ਵੀ ਗਏ, ਉਹਨਾਂ ਨੂੰ ਉਚਾਰਦੇ ਉਹਦੇ ਵਾਂਗ ਨੇ। ਜਿਵੇਂ ਸਾਡੇ ਇੱਥੇ ਲੋਕ ਪਹਿਲਾਂ ਚੀਨ ਕਹਿੰਦੇ ਸੀ, ਹੁਣ ਅਮਰੀਕਾ ਦੀ ਰੀਸ ਨਾਲ ਚਾਈਨਾ ਕਹਿਣ ਲੱਗ ਗਏ, ਪਹਿਲਾਂ ਕੈਨੇਡਾ ਕਹਿੰਦੇ ਸੀ ਹੁਣ ਕੈਨੇਡਾ ਕਹਿਣ ਲੱਗ ਗਏ, ਅਮਰੀਕਾ ਨੂੰ ਹੀ ਅਮੈਰੀਕਾ ਕਹਿਣ ਲੱਗ ਗਏ ਹੁਣ, ਠੀਕ। ਤਾਂ ਇਹ ਜਿਹੜਾ ਅਸਰ ਹੈ ਸਾਡੇ ਬੰਦਿਆਂ ਦੇ ਉੱਤੇ, ਤਾਂ ਜਦੋਂ ਸਾਡੇ ਘਰ ਕੋਈ ਸ਼ਬਦ ਆਉਂਦਾ ਤਾਂ ਸ਼ਬਦ ਇੱਦਾਂ ਹੁੰਦਾ ਜਿੱਦਾਂ ਓਪਰਾ ਬੰਦਾ ਸਾਡੇ ਘਰ ਆਇਆ, ਅਤੇ ਅਸੀਂ ਉਹਦੀਆਂ ਸਾਰੀਆਂ ਗੱਲਾਂ ਮੰਨ ਲਈਏ ਤਾਂ ਫਿਰ ਘਰ ਕਿਹਦਾ ਹੋਇਆ? ਘਰ ਫਿਰ ਓਪਰੇ ਬੰਦੇ ਦਾ ਹੋਇਆ। ਹੁਣ ਸਾਡੇ ਕਿਸੇ ਦੇ ਦਰਦ ਨਹੀਂ ਹੁੰਦਾ, ਉਹ ਪੇਨ ਹੁੰਦੀ ਹੈ। ਹੁਣ ਕਿਸੇ ਨੂੰ ਕੋਈ ਔਖ ਤਕਲੀਫ ਨਹੀਂ ਆਉਂਦੀ, ਪ੍ਰੋਬਲਮ ਆਉਂਦੀ ਹੈ।
ਜਿਵੇਂ ਜਿਵੇਂ ਬੰਦੇ ਦੇ ਸ਼ਬਦ ਬਦਲਦੇ ਨੇ ਉਵੇਂ ਬੰਦੇ ਦੀ ਸੁਰਤ ਬਦਲਦੀ ਹੈ, ਉਵੇਂ ਬੰਦੇ ਦਾ ਵਿਚਾਰ ਕਿਰਦਾਰ ਬਦਲਦਾ। ਜੇ ਅਸੀਂ ਮੋੜ ਕੇ ਸਿੱਧਾ ਕਰਨਾ ਤਾਂ ਸਭ ਤੋਂ ਪਹਿਲਾਂ ਆਪਦੀ ਬੋਲੀ ਠੀਕ ਕਰਨ ਦਾ ਰੌਲਾ। ਸਾਡੇ 47 ਤੋਂ ਪਹਿਲਾਂ ਜਿਹੜਾ ਪੁਰਾਣਾ ਪੰਜਾਬ ਸੀ ਉਹਦਾ ਇੱਕ ਹਿੱਸਾ ਪਾਕਿਸਤਾਨ 'ਚ ਹੈ। ਸਾਡੇ ਮਿੱਤਰ ਪਾਕਿਸਤਾਨ ਗਏ, ਉਹਨੇ ਆ ਕੇ ਦੱਸਿਆ ਵੀ ਉੱਥੇ ਉਹ 14 ਦਿਨ ਰਹੇ। ਉਹਨਾਂ ਨੇ 14 ਦਿਨਾਂ 'ਚ ਉੱਧਰ ਕਿਸੇ ਬੰਦੇ ਨੂੰ, ਪੰਜਾਬੀ ਬੰਦੇ ਨੂੰ ਗਾਲ ਕੱਢਦੇ ਨਹੀਂ ਸੁਣਿਆ 14 ਦਿਨ। ਇੱਥੇ ਤੁਸੀਂ ਆਪਣੇ ਬੰਦਿਆਂ 'ਚ ਬੈਠੋ, ਇੱਕ ਘੰਟਾ ਨਹੀਂ ਨਿਕਲਦਾ, ਸਾਨੂੰ ਕਿੰਨੀਆਂ ਗਾਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ। ਲੋਕ ਸਾਡੇ ਲੋਕ ਤਾਂ ਪਿਆਰ ਨਾਲ ਵੀ ਗਾਲਾਂ ਕੱਢਦੇ ਆ, ਉਹ ਮਾਂ ਪਿਓ ਜਵਾਕ ਦੇ ਜਵਾਕ ਨੂੰ ਗਾਲਾਂ ਕੱਢੀ ਜਾਂਦੇ ਆ, ਉਹ ਮੇਰੇ ਸਾਲੇ ਦਿਆ। ਇਹ ਜਿਹੜੇ ਬੰਦੇ ਬੋਲੀ ਬਾਰੇ ਸਮਝਾਉਂਦੇ ਨੇ ਉਹ ਦੱਸਦੇ ਨੇ ਕਿ ਗਾਲ ਕੱਢਣੀ ਬੰਦੇ ਦੇ ਤਪੇ ਹੋਣ ਦੀ ਨਿਸ਼ਾਨੀ, ਇੰਨਾ ਤਪਿਆ ਹੋਇਆ ਜਿਹਦਾ ਆਪਦੇ ਆਪ 'ਤੇ ਕਾਬੂ ਨਹੀਂ ਰਹਿੰਦਾ। ਜਦੋਂ ਬੰਦਾ ਰੋਜ਼ ਗਾਲਾਂ ਕੱਢਦਾ ਅਸਲ 'ਚ ਉਹਨੂੰ ਬਿਮਾਰੀ ਹੋ ਗਈ ਹੁੰਦੀ ਹੈ। ਜਿਵੇਂ ਕਿਸੇ ਬੰਦੇ ਨੂੰ ਨਸ਼ਾ ਲੱਗ ਜਾਂਦਾ ਤੰਬਾਕੂ ਦਾ, ਬੀੜੀ ਦਾ, ਉਵੇਂ ਗਾਲ ਇੱਕ ਨਸ਼ਾ ਹੈ। ਸ਼ਬਦ ਸਭ ਤੋਂ ਸੁੱਚੀ ਚੀਜ਼ ਹੈ, ਸਭ ਤੋਂ ਪਵਿੱਤਰ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੀ ਸ਼ਬਦ ਗੁਰੂ ਕਹਿੰਦੇ ਹਾਂ, ਤਾਂ ਸ਼ਬਦ ਦਾ ਰੁਤਬਾ ਇਹ ਹੈ ਜਿਹੜਾ ਬੰਦਾ ਸਭ ਤੋਂ ਪਵਿੱਤਰ ਚੀਜ਼ ਨੂੰ ਸਭ ਤੋਂ ਘਟੀਆ ਕੰਮ ਲਈ ਵਰਤਣ ਲੱਗ ਜਾਵੇ ਉਹਦਾ ਆਪਣੇ ਧੀਆਂ ਪੁੱਤਾਂ 'ਤੇ, ਆਪਣੇ ਲੋਕਾਂ 'ਤੇ ਜਿੰਨਾ ਮਾੜਾ ਅਸਰ ਪੈਂਦਾ ਉਹ ਕਤਲ ਕਰਨ ਤੋਂ ਵੀ ਜ਼ਿਆਦਾ ਹੁੰਦਾ। ਜੇ ਬੰਦਾ ਕਿਸੇ ਬੰਦੇ ਦਾ ਕਤਲ ਕਰ ਦੇਵੇ ਨਾ ਉਹਦਾ ਅਸਰ ਇੱਕ ਟੱਬਰ 'ਤੇ ਪੈਂਦਾ। ਜਦੋਂ ਕੋਈ ਬੰਦਾ ਸ਼ਬਦਾਂ ਨੂੰ ਗਾਲਾਂ ਵਜੋਂ ਵਰਤਦਾ ਉਹਦਾ ਅਸਰ ਸਾਰੇ ਲੋਕਾਂ 'ਤੇ ਪੈਂਦਾ, ਆਪਦੇ ਪਿੰਡ 'ਤੇ ਪੈਂਦਾ, ਅਤੇ ਜਿੰਨਾ ਉਹਦਾ ਆਲਾ ਦੁਆਲਾ ਉਹ 'ਤੇ ਪੈਂਦਾ, ਉਹਦੀ ਸਾਰੀ ਜ਼ਿੰਦਗੀ 'ਤੇ ਪੈਂਦਾ। ਹੁਣ ਅੰਦਾਜ਼ਾ ਲਾ ਕੇ ਦੇਖੀਏ ਕਿ ਅਸੀਂ ਆਪਦੀ ਬੋਲੀ ਨੂੰ ਕਿਵੇਂ ਵਰਤਦੇ ਹਾਂ, ਅਸੀਂ ਇੱਕ ਦਿਹਾੜੀ 'ਚ ਕਿੰਨੀ ਗਾਲ ਮੂੰਹ ਤੋਂ ਕਹਿੰਦੇ ਹਾਂ। ਜਦੋਂ ਅਸੀਂ ਕਿਸੇ ਬੰਦੇ ਨੂੰ ਚੰਗਾ ਸਮਝਦੇ ਹਾਂ ਸਾਨੂੰ ਪਤਾ ਕਿਵੇਂ ਲੱਗਦਾ ਕਿ ਉਹ ਸ਼ਬਦਾਂ ਨੂੰ ਕਿੰਨਾ ਸਹੀ ਵਰਤਦਾ, ਉਹ ਦੁਸ਼ਮਣ ਹੈ ਕਿ ਦੋਸਤ ਹੈ ਇਹ ਹੋਰ ਗੱਲ ਹੈ, ਉਹ ਸਾਡੇ ਪਿੰਡ ਦਾ ਕਿ ਬਾਹਰਲਾ ਬਿਲਕੁਲ ਹੋਰ ਗੱਲ ਹੈ, ਪਰ ਉਹ ਬੰਦੇ ਦਾ ਬੰਦੇ ਵਜੋਂ ਬੋਲੀ ਨਾਲ ਕੀ ਰਿਸ਼ਤਾ ਹੈ ਇੱਥੋਂ ਜ਼ਰੂਰ ਪਤਾ ਲੱਗਦਾ। ਸਾਡੇ ਬੰਦੇ ਗੋਰਿਆਂ ਸਾਹਮਣੇ ਕਿਉਂ ਝੁਕ ਗਏ, ਉਹਦਾ ਕਾਰਨ ਕਿੱਥੋਂ ਆਇਆ, ਅਤੇ ਸਾਡੇ ਬੰਦੇ ਗਾਲਾਂ ਕੱਢਣ ਕਿਉਂ ਲੱਗਦੇ। ਜਦੋਂ ਅਸੀਂ ਆਪਦੇ ਸ਼ਬਦਾਂ ਨਾਲ ਦੁਨੀਆ ਨਹੀਂ ਦੇਖਦੇ, ਆਪਦੀ ਜ਼ਿੰਦਗੀ ਨੂੰ ਨਹੀਂ ਦੇਖਦੇ, ਤਦ ਬੰਦੇ ਨੂੰ ਹਨੇਰਾ ਦੀਂਦਾ, ਫਿਰ ਜੇ ਬੰਦਾ ਡਰ ਜਾਂਦਾ, ਚੀਕਾਂ ਮਾਰਦਾ, ਉਵੇਂ ਬੰਦਾ ਗਾਲਾਂ ਕੱਢਦਾ। ਹੁਣ ਤੁਸੀਂ ਧਿਆਨ ਦੇ ਕੇ ਦੇਖੋ ਵੀ ਸਾਡੇ ਬੰਦੇ, ਮੈਂ ਤਾਂ ਅੱਜ ਮੇਰੇ ਨਾਲ ਹੁਣੀ ਤਜਰਬਾ ਹੋਇਆ 4 ਘੰਟੇ ਪਹਿਲਾਂ, ਗੁਰਦੁਆਰੇ ਤੋਂ ਬਾਹਰ ਨਿਕਲ ਕੇ ਬੰਦੇ ਨੇ ਗੱਲ ਸੁਣਾਉਂਦਿਆਂ 3 ਗਾਲਾਂ ਕੱਢੀਆਂ, ਅਤੇ ਬੜਾ ਖੁਸ਼ ਹੋ ਕੇ ਕੱਢੀਆਂ ਉਹਨੇ। ਜਿਸ ਬੰਦੇ ਨੂੰ ਆਪਣੇ ਮੂੰਹੋਂ ਨਿਕਲਣ ਵਾਲੇ ਸ਼ਬਦਾਂ ਦੀ ਇੱਜ਼ਤ ਨਹੀਂ ਹੈ, ਉਹਦੇ ਮਨ 'ਚ ਦੁਨੀਆ ਦੇ ਕਿਸੇ ਬੰਦੇ ਦੀ ਇੱਜ਼ਤ ਨਹੀਂ ਹੈ, ਉਹਦੇ ਮਨ 'ਚ ਉਹਦੀ ਆਪ ਦੀ ਇੱਜ਼ਤ ਵੀ ਨਹੀਂ ਹੈ। ਸ਼ਬਦਾਂ ਦਾ ਇੰਨਾ ਡੂੰਘਾ ਅਸਰ ਹੈ, ਜਿੱਦਾਂ ਆਹ ਬੱਚੇ ਬੈਠੇ ਨੇ, ਜਿਹੜੇ ਦੁਨੀਆ ਦੇ ਵਿਦਵਾਨ ਨੂੰ ਜਾਣਦੇ ਨੇ, ਇਹ ਬੱਚਾ ਬੈਠਾ, ਇਹ ਬੱਚਾ ਬੈਠਾ, ਜਿੰਨੇ ਸ਼ਬਦ ਇਹਨਾਂ ਦੇ ਦਿਮਾਗ 'ਚ ਹੁਣ ਤੱਕਰ ਪੈ ਗਏ, ਇਹਨਾਂ ਦੀ ਕੁੱਲ ਕਮਾਈ ਉਹ ਸ਼ਬਦ ਨੇ, ਇਦੋਂ ਬਾਅਦ ਚਾਹੇ ਘਿਓ 'ਚ ਕੱਢ ਦਿਓ, ਫਰਕ ਨਹੀਂ ਪੈਣ ਲੱਗਿਆ। 5 ਸਾਲਾਂ ਤੱਕਰ ਬੱਚੇ ਨੇ ਜਿਹੜੇ ਸ਼ਬਦ ਸਿੱਖ ਲਏ ਉਹ ਉਹਦੀ ਜਾਇਦਾਦ ਬਣ ਗਏ, ਇਦੋਂ ਬਾਅਦ ਉਹਨੂੰ ਪੜ੍ਹਾਓ ਨਾ ਪੜ੍ਹਾਓ ਉਹਦਾ ਕਿਰਦਾਰ ਵੱਡਾ ਨਹੀਂ ਹੋਣ ਲੱਗਿਆ, ਉਹਦਾ ਕਿਰਦਾਰ ਵੱਜ ਗਿਆ ਸ਼ਬਦਾਂ ਨਾਲ। ਜਾਨਵਰਾਂ ਅਤੇ ਬੰਦੇ ਦਾ ਇੱਕੋ ਹੀ ਫਰਕ ਹੈ, ਕਾਂ ਦਾ ਬੱਚਾ ਕਾਂ ਨਿਕਲੂ 1000 ਸਾਲ ਬਾਅਦ ਵੀ, ਸ਼ੇਰ ਦਾ ਬੱਚਾ ਸ਼ੇਰ ਨਿਕਲੂ, ਪਰ ਬੰਦੇ ਦਾ ਬੱਚਾ ਬੰਦੇ ਵਰਗਾ ਨਹੀਂ ਨਿਕਲਦਾ। ਉਹਦਾ ਇੱਕੋ ਹੀ ਕਾਰਨ ਹੈ ਕਿ ਜੰਮਣ ਤੋਂ ਬਾਅਦ ਦੋ ਸਕੇ ਭੈਣ ਭਰਾ, ਦੋ ਜੋੜੇ ਭੈਣ ਭਰਾ ਵੀ ਹੋਣ, ਜੇ ਉਹਨਾਂ ਨੂੰ ਅੱਡ ਅੱਡ ਸ਼ਬਦ ਸੁਣਾਓਗੇ ਉਹਨਾਂ ਦੇ ਸੁਭਾਅ ਅੱਡ ਅੱਡ ਹੋਣਗੇ, ਉਹਨਾਂ ਦਾ ਕਿਰਦਾਰ ਅੱਡ ਅੱਡ ਹੋਊਗਾ। ਇਸੇ ਕਰਕੇ ਜਵਾਕ ਮਾਂ ਪਿਓ 'ਤੇ ਜੋ ਨਹੀਂ ਨਿਕਲਦੇ
ਵੀ ਫਲਾਣੇ ਨੇ ਵਿਗਾੜ ਤੇ ਨਹੀਂ, ਹੋਰ ਨਹੀਂ ਕੋਈ ਵਿਗਾੜ ਸਕਦਾ। ਉਹੀ ਵਿਗਾੜ ਸਕਦਾ ਜਿਹੜਾ ਉਹਨਾਂ ਦੀ ਹੋਸ ਸੰਭਾਲਣ ਤੋਂ ਪਹਿਲਾਂ ਉਹਨਾਂ ਦੇ ਸਿਰਾਣੇ ਗਾਲਾਂ ਕੱਢਦਾ, ਉਹਨਾਂ ਦੀ ਹੋਸ ਸੰਭਾਲਣ ਤੋਂ ਪਹਿਲਾਂ ਉਹਨਾਂ ਨੂੰ ਮਾੜੀਆਂ ਗੱਲਾਂ ਕਹਿੰਦਾ। ਇਹ ਗੱਲ ਲਿਖਤੀ ਸਾਹਮਣੇ ਆ ਗਈ ਹੈ ਕਿ ਜਵਾਕ ਅਤੇ ਜ਼ੁਲਮ ਦੋ ਬੰਦੇ ਕਰਦੇ ਨੇ, ਇੱਕ ਉਹਦਾ ਮਾਸਟਰ ਕਰਦਾ, ਇੱਕ ਉਹਦੀ ਮਾਂ ਕਰਦੀ ਹੈ ਜਾਂ ਪਿਓ ਕਰਦਾ। ਅਸੀਂ ਸਭ ਤੋਂ ਵੱਧ ਝਿੜਕਾਂ ਮਾਰਦੇ ਹਾਂ ਚੁੱਪ ਕਰ ਜਾ ਦੋ ਮਾਰੂ ਖੌਂਸੜੇ। ਜਿਹੜਾ ਇਹ ਸ਼ਬਦ ਹੈ ਇਹ ਜਵਾਕ ਦੇ ਖੌਂਸੜੇ ਮਾਰਨ ਨਾਲੋਂ 20 ਗੁਣਾ ਮਾੜਾ ਅਸਰ ਕਰਦਾ ਉਹਦੇ। ਕਈ ਵਾਰੀ ਕਿਸੇ ਜਵਾਕ ਦੀ ਸਾਰੀ ਜ਼ਿੰਦਗੀ ਬਦਲ ਦਿੰਦਾ। ਸ਼ਬਦਾਂ ਦੀ ਮਾਰ ਇੰਨੀ ਭੈੜੀ ਹੈ, ਭਗਤ ਕਬੀਰ ਕਹਿੰਦੇ ਆ ਨਾ ਕਿ ਚੋੜ ਜੋ ਲੱਗੇ ਸੇਲ ਕੀ ਲਾਗਤ ਲੇ ਉਸਾਸ। ਮਤਲਬ ਜੇ ਬੰਦੇ ਦੇ ਨੇਜਾ ਵੱਜੇ ਤਾਂ ਬੰਦਾ ਕੱਢ ਲੈਂਦਾ ਆਪਦੇ ਵੱਜਿਆ ਨੇਜਾ, ਪਰ ਜੇ ਸ਼ਬਦ ਨੇ ਮਾਰਿਆ ਬੰਦੇ ਨੂੰ ਤਾਂ ਬੰਦਾ ਮੁੜ ਕੇ ਉੱਠਦਾ ਨਹੀਂ ਹੈ। ਜਿਹੜਾ ਰੱਜ ਵਾਲੀ ਕਹਿੰਦਾ ਕਿ ਤਾਨਾ ਗਾਲ ਧੀ ਦੀ ਛਾਕ ਸੁੱਟੇ ਫੱਟ ਮਿਲਣ ਨਾ ਕਿਆਮਤਾਂ ਤੀਕ ਚਾਰੇ। ਉਹ ਉਹੀ ਹੈ ਕਿ ਬੰਦੇ ਦੇ ਸੀਨੇ 'ਚ ਜਿਹੜੀ ਚੀਰ ਸ਼ਬਦ ਪਾ ਦਿੰਦੇ ਹੈ ਉਹਦਾ ਕੋਈ ਬਦਲ ਨਹੀਂ, ਉਹਦਾ ਕੋਈ ਇਲਾਜ ਨਹੀਂ ਹੈ। ਪਰ ਬੰਦੇ ਨੂੰ ਸ਼ਬਦ ਜਦੋਂ ਢਾਲ ਕੇ ਬੰਦਾ ਬਣਾਉਂਦੇ ਹੈ ਤਾਂ ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਵਿਗਾੜ ਨਹੀਂ ਸਕਦਾ, ਉਹਨੂੰ ਕੋਈ ਡੁਲਾ ਨਹੀਂ ਸਕਦਾ। ਜਿਹੜਾ ਇਹ ਵੀ ਗੁਰੂ ਘਰ ਆ ਕੇ ਨਾਮ ਬਾਣੀ ਸੁਣੋ, ਇਹਦਾ ਮਤਲਬ ਅਸਲ 'ਚ ਇਹੀ ਹੈ ਵੀ ਜੇ ਇੱਕ ਵਾਰ ਕਿਸੇ ਭੈਣ ਭਰਾ ਦੇ ਕਿਸੇ ਬੱਚੇ ਦੇ ਦਿਲ 'ਚ ਰੱਬ ਦਾ ਨਾਂ ਇੱਕ ਵਾਰ ਆ ਗਿਆ, ਫਿਰ ਉਹ ਪਾਣੀ 'ਤੇ ਤੁਰ ਸਕਦਾ, ਅੱਗ 'ਤੇ ਤੁਰ ਸਕਦਾ, ਉਹ ਤਵੀਆਂ 'ਤੇ ਬਹਿ ਸਕਦਾ, ਉਹਨੂੰ ਕੋਈ ਘਟਣ ਵਾਲਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਸ਼ਬਦ ਦੀ ਮਹਿਮਾ, ਨਾਮ ਦੀ ਮਹਿਮਾ ਸਭ ਤੋਂ ਵੱਡੀ ਹੈ। ਅਤੇ ਸਾਡੇ ਜਿਹੜੇ ਦੁੱਖ ਕਲੇਸ਼ ਨੇ ਸਾਰੇ ਹੀ ਉਹਨਾਂ ਦੇ ਕੱਟਣ ਦਾ ਇੱਕੋ ਹੀ ਤਰੀਕਾ ਇਹ ਕਿ ਅਸੀਂ ਸ਼ਬਦ ਨੂੰ ਕਿੰਨੀ ਇੱਜ਼ਤ ਦਿੰਦੇ ਹਾਂ, ਉਹਨੂੰ ਕਿੰਨਾ ਮਨ 'ਚ ਵਸਾਉਂਦੇ ਹਾਂ। ਅਸੀਂ ਮੂੰਹੋਂ ਜਿਹੜੀ ਗੱਲ ਬੋਲਦੇ ਹਾਂ ਉਹ ਸਾਡੀ ਨਹੀਂ ਹੁੰਦੀ, ਅਸੀਂ ਕਿਸੇ ਤੋਂ ਸੁਣੀ ਹੁੰਦੀ ਹੈ। ਇਹ ਸਿਆਣੇ ਕਹਿੰਦੇ ਨੇ ਕਿ ਬੰਦੇ ਦੇ ਅੰਦਰੋਂ ਜਦੋਂ ਵੀ ਉਹਦੀ ਆਪ ਦੀ ਗੱਲ ਨਿਕਲੂਗੀ ਤਾਂ ਬੰਦਾ ਆਪ ਕਿੱਥੋਂ ਆਇਆ, ਉਹ ਰੱਬ ਦੇ ਦਰਗਾਹੋਂ ਆਇਆ। ਬੰਦੇ ਦੇ ਅੰਦਰੋਂ ਜਦੋਂ ਆਪਣੀ ਗੱਲ ਨਿਕਲੀ ਉਹ ਰੱਬ ਦਾ ਨਾਮ ਨਿਕਲੇਗਾ। ਬੰਦੇ ਦੇ ਮੂੰਹੋਂ ਜੋ ਗੱਲਾਂ ਨਿਕਲਦੀਆਂ ਬਾਕੀ ਉਹ ਸਭ ਦੁਨੀਆ ਤੋਂ ਸੁਣੀਆਂ ਹੋਈਆਂ ਨੇ। ਕਿਸੇ ਦੀ ਮੈਂ ਜਿਹੜੀ ਮੈਂ ਹੈ, ਮੈਂ ਕੋਲ ਜਿੰਨੀਆਂ ਗੱਲਾਂ ਨੇ ਵੀ ਮੈਨੂੰ ਆਹ ਕੱਢਣਾ ਆਉਂਦਾ, ਮੈਨੂੰ ਸਬਜ਼ੀ ਬਣਾਉਣੀ ਆਉਂਦੀ ਹੈ, ਮੈਨੂੰ ਆਹ ਕਰਨਾ ਆਉਂਦਾ, ਉਹ ਸਾਰਾ ਦੁਨੀਆ ਤੋਂ ਸਿੱਖਿਆ ਹੋਇਆ। ਉਹਨੂੰ ਕਿਵੇਂ ਵਰਤਣਾ, ਇਹ ਇੱਕ ਇਹ ਕੰਮ ਹੈ। ਉਹ ਇਹੀ ਹੈ ਕਿ ਆਪਦਾ ਵਿਰਸਾ ਬੱਚੇ ਨੂੰ ਕਿਵੇਂ ਦੇਣਾ। ਦੂਜਾ ਇਹ ਕੰਮ ਹੈ ਕਿ ਜਿਹੜਾ ਸਾਡੇ ਅੰਦਰ ਅਸਲ 'ਚ ਹੈ ਸ਼ਬਦ, ਉਹ ਰੱਬ ਦੇ ਨਾਮ ਹੀ ਹੈ, ਹੋਰ ਕੁਛ ਨਹੀਂ ਹੈ ਸਾਡੇ ਅੰਦਰ। ਜੋ ਸਾਡੇ ਤੁਰ ਅੰਦਰ ਹੈ, ਜੋ ਅਸਲ 'ਚ ਅੰਦਰ ਹੈ, ਬਾਕੀ ਸਾਡੇ ਅੰਦਰ ਸਾਰਾ ਦੁਨੀਆ ਤੋਂ ਆਇਆ। ਅਤੇ ਬੰਦਾ ਦੁਨੀਆ 'ਚ ਆਪਣੇ ਤੋਂ ਵੱਡੇ ਦੀ ਰੀਸ ਕਰਦਾ, ਇਹ ਬੱਚੇ ਸਾਨੂੰ ਵੇਖਣਗੇ, ਅਸੀਂ ਕਿਸੇ ਹੋਰ ਨੂੰ ਵੇਖਦੇ ਹਾਂ, ਉਹ ਜਿਹੜਾ ਕੋਈ ਹੋਰ ਹੈ ਉਹ ਕਿਸੇ ਹੋਰ ਨੂੰ ਵੇਖਦਾ। ਦੁਨੀਆ 'ਚ ਬੰਦਿਆਂ ਦਾ ਇੱਕ ਗੇੜਾ ਹੈ, ਅਖੀਰ ਨੂੰ ਦੁਨੀਆ ਰੱਬ ਦੇ ਨਾਮ ਵਾਲੇ ਬੰਦਿਆਂ ਦੇ ਮੂੰਹ ਵੱਲ ਝਾਕਦੀ ਹੈ। ਅਤੇ ਸਾਡੇ ਜਿਹੜੇ ਬੰਦੇ ਆਪਦੀਆਂ ਚਿੱਠੀਆਂ ਪਰਚੀਆਂ ਲੈ ਕੇ ਕਿਸੇ ਥਾਣੇਦਾਰ ਮੂਹਰੇ, ਕਿਸੇ ਮੰਤਰੀ ਮੂਹਰੇ ਤੁਰੇ ਫਿਰਦੇ ਨੇ ਕਿ ਕਰੋ ਕਿਰਪਾ, ਕਰੋ ਕਿਰਪਾ, ਜਿਹੜੇ ਖੁਦ ਖਾਲੀ ਨੇ ਉਹ ਕਾਹਦੀ ਕਿਰਪਾ ਕਰਨਗੇ ਜੀ। ਕਿਰਪਾ ਹਮੇਸ਼ਾ ਇੱਕੋ ਥਾਂ ਹੋਣੀ ਹੈ। ਪਰ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਇਹ ਦਰ 'ਤੇ ਜਿੱਥੋਂ ਉਹਨਾਂ ਦੀ ਕਿਰਪਾ ਹੋਣੀ ਹੈ ਉੱਥੇ ਆਉਣ ਜੋ ਕੇ ਕਰਨਾ। ਉਹਨਾਂ ਨੂੰ ਪੜ੍ਹਾਓ ਤੁਹਾਡੀ ਜ਼ਿੰਮੇਦਾਰੀ ਹੈ, ਉਹਨਾਂ ਦੀ ਸਿਹਤ ਬਣਾਓ ਤੁਹਾਡੀ ਜ਼ਿੰਮੇਦਾਰੀ ਹੈ। ਪਰ ਮਨੁੱਖ ਵਾਲਾ ਕੰਮ ਇਹ ਹੈ ਕਿ ਜਾਨਵਰਾਂ ਤੋਂ ਵੱਖਰਾ ਕੰਮ ਕਰੋ। ਜਾਨਵਰ ਆਪਦੇ ਬੱਚੇ ਨੂੰ ਖਵਾਉਂਦੇ ਪਿਆਉਂਦੇ ਹੈ, ਜਾਨਵਰ ਆਪਦੇ ਬੱਚੇ ਨੂੰ ਪਾਲ ਕੇ ਵੱਡਾ ਕਰਦੇ ਹੈ। ਬੰਦਾ ਵੱਖਰਾ ਕੀ ਕਰਦਾ, ਬੰਦਾ ਵੱਖਰਾ ਕਰਦਾ ਆਪਣੇ ਬੱਚੇ ਨੂੰ ਸ਼ਬਦ ਦੇ ਕੇ ਜਾਂਦਾ ਆਪਦੀ ਵਿਰਾਸਤ ਦਾ। ਅਤੇ ਜਿੰਨਾ ਜ਼ਿਆਦਾ ਜਿੰਨਾ ਵਧੀਆ ਦੇਵਾਂਗੇ ਅਸੀਂ ਉਨਾ ਆਪਦੇ ਧੀ ਪੁੱਤ ਨੂੰ ਲਾਇਕ ਬਣਾ ਸਕਦੇ ਹਾਂ। ਹੋਰ ਕਿਤੇ ਕੋਈ ਦਵਾਈ ਨਹੀਂ ਹੈ ਵੀ ਜਵਾਕਾਂ ਨੂੰ ਚਿੱਟੇ ਨੇ ਪੱਟਤਾ ਜੀ, ਇਹ ਜਵਾਕਾਂ ਨੂੰ ਲੜਾਈਆਂ ਨੇ ਪੱਟਤਾ ਜੀ। ਸਾਰੀਆਂ ਗੱਲਾਂ ਸੱਚੀਆਂ ਨੇ ਪਰ ਅੱਧੀਆਂ ਨੇ, ਪੂਰਾ ਸੱਚ ਕੁਛ ਹੋਰ ਹੈ। ਉਹ ਜਿਹੜੇ ਨਸ਼ੇ 'ਚ ਪੈ ਗਏ ਨੇ ਉਹਨਾਂ ਨੂੰ ਕਿਸੇ ਨੇ
ਛੋਟੇ ਹੁੰਦਿਆਂ ਗਾਲਾਂ ਵਰਤਾਈਆਂ ਨੇ। ਇਹ ਹੋ ਨਹੀਂ ਸਕਦਾ ਕਿ ਕਿਸੇ ਨੂੰ ਗਾਲਾਂ ਨਾ ਪਈਆਂ ਹੋਣ, ਕਿਸੇ ਬੱਚੇ ਦੀ ਬੇਇੱਜ਼ਤੀ ਨਾ ਹੋਈ ਹੋਵੇ ਅਤੇ ਨਸ਼ੇ ਲੱਗ ਜੇ, ਇਹ ਸੰਭਵ ਹੀ ਨਹੀਂ ਹੈਗਾ। ਜਿਨ੍ਹਾਂ ਦੀ ਬੇਇੱਜ਼ਤੀ ਹੋਈ ਹੈ, ਆਪਦੇ ਘਰੋਂ ਹੋਈ ਹੈ ਜਾਂ ਆਪਦੇ ਸਕਿਆਂ ਤੋਂ ਹੋਈ ਹੈ, ਉਹੀ ਬੰਦਾ ਲੀਹ ਪਾੜਦਾ ਆਪਦੀ ਕਿ ਮੈਂ ਇਸ ਥਾਂ 'ਚ ਰਹਿਣਾ ਨਹੀਂ, ਮੈਂ ਇਸ ਘਰ 'ਚ ਰਹਿਣਾ ਨਹੀਂ, ਮੈਂ ਇਹਨਾਂ ਲੋਕਾਂ 'ਚ ਨਹੀਂ ਰਹਿਣਾ। ਉਹ ਆਪਦੀ ਮੌਤ ਨੂੰ ਰੁੱਸ ਕੇ ਗੱਲ ਲਾਉਂਦਾ। ਨਸ਼ਾ ਕੋਈ ਆਮ ਚੀਜ਼ ਨਹੀਂ ਹੈ। ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਦੁਖੀ ਹੋਵਾਂਗੇ, ਅਸੀਂ ਮਰ ਜਾਵਾਂਗੇ, ਪਰ ਉਹ ਮਰਨ ਦੇ ਰਾਹ ਪੈਂਦੇ ਨੇ। ਠੀਕ ਹੈ, ਤੁਹਾਡੇ ਪਿੰਡ ਦਾ ਕੋਈ ਬੰਦਾ ਵੇਚਦਾ ਹੋਊਗਾ, ਮਾੜੀ ਗੱਲ ਹੈ, ਪਰ ਬਿਮਾਰੀ ਦਾ ਹੱਲ ਇਹ ਨਹੀਂ ਕਿ ਤੁਸੀਂ ਉਹਨੂੰ ਮਾਰ ਦਿਓ ਜਾਂ ਫੜਾ ਦਿਓ, ਕੱਲ੍ਹ ਨੂੰ ਕੋਈ ਹੋਰ ਲੱਗ ਜੂਗਾ। ਬਿਮਾਰੀ ਦਾ ਹੱਲ ਇਹ ਹੈ ਕਿ ਜਵਾਕਾਂ ਨੂੰ ਇੱਕ ਰੱਬ ਸੱਚੇ ਦੇ ਲੜ ਲਾਉਣਾ ਕਿ ਕੋਈ ਉਹਨਾਂ ਦੇ ਮੂੰਹ 'ਤੇ ਡੋਲ ਵੀ ਦੇਵੇ, ਉਹ ਤਾਂ ਵੀ ਅੰਦਰ ਨਾ ਲੰਘਾਉਣ। ਅਸੀਂ ਇਹ ਕਰਾਂਗੇ ਤਾਂ ਇਸ ਗੱਲ ਦਾ ਹੱਲ ਹੈ। ਜਵਾਕ ਨੂੰ ਪੜ੍ਹਾ ਕੇ ਨੌਕਰੀ ਲਵਾਉਣਾ ਇੱਕ ਬੜੀ ਆਮ ਗੱਲ ਹੈ। ਜੇ ਉਹ ਆਪਦੇ ਵਿਰਸੇ ਜੋਗਰਾ ਹੋ ਗਿਆ, ਨੌਕਰੀ ਉਹਦੇ ਬੂਹੇ ਚੱਲ ਕੇ ਆਉਂਦੀ ਹੈ। ਮੈਂ ਸਭ ਨੂੰ ਕਹਿੰਦਾ ਕਿ ਪੜ੍ਹਾਈ ਜਿਹੜੀ ਮਰਜ਼ੀ ਪੜ੍ਹਾਓ, ਇਹਦਾ ਬਾਹਲਾ ਫਰਕ ਨਹੀਂ, ਦੁਨੀਆ ਨੂੰ ਦੇਖਣ ਜੋਗਾ ਹੀ ਫਰਕ ਹੈ। ਜਵਾਕ ਦੇ ਅੰਦਰ ਕੀ ਪਾਇਆ, ਇਸ ਗੱਲ ਦਾ ਸਭ ਤੋਂ ਵੱਧ ਮੁੱਲ ਹੈ। ਜੇ ਜਵਾਕ ਦੇ ਪੱਲੇ ਇਤਿਹਾਸ ਹੈ, ਧਰਮ ਹੈ, ਇੱਕ ਦਿਨ ਦੁਨੀਆ ਉਹਨੂੰ ਚੁੱਕੇਗੀ। ਉਹ ਪੜ੍ਹਿਆ, ਉਹ ਅਨਪੜ੍ਹ ਹੈ, ਉਹ ਗਰੀਬ ਹੈ, ਉਹ ਅਮੀਰ ਹੈ, ਉਹ ਕਿਸੇ ਜਾਤ ਦਾ, ਕਿਸੇ ਥਾਂ ਦਾ, ਜੋ ਮਰਜ਼ੀ ਹੈ, ਜਦੋਂ ਉਹਦੇ ਪੱਲੇ ਉਹਦੇ ਅੰਦਰ ਕੋਈ ਗੁਣ ਹੈ ਤਾਂ ਬਾਹਰਲਾ ਕੱਪੜਾ ਕੁਛ ਕਰਦਾ ਨਹੀਂ ਹੈ। ਜਿਹੜੀ ਬਾਣੀ ਕਹਿੰਦੀ ਹੈ ਕਿ ਭਗਤ ਜਨਾ ਕਾ ਲੂੰਗਰਾ ਓਢੇ ਨਗਰ ਨਾ ਹੋਈ। ਠੀਕ, ਅਤੇ ਸਾਡੀ ਇਹ ਜਿਹੜੀ ਬੋਲੀ ਹੈ, ਜੋ ਗੁਰੂਆਂ ਨੇ ਸਾਨੂੰ ਦਿੱਤੀ ਹੈ, ਜੋ ਅੱਖਰ ਸਾਨੂੰ ਦਿੱਤੇ ਨੇ, ਸਾਡੇ ਵਾਸਤੇ ਦੁਨੀਆ ਤੋਂ ਇਦੋਂ ਵੱਧ ਕੀਮਤੀ ਹੋਰ ਕੋਈ ਸ਼ੈ ਹੈ ਨਹੀਂ। ਅਤੇ ਇਦੋਂ ਕੀਮਤੀ ਸ਼ੈ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਦੇ ਨਹੀਂ ਸਕਦੇ। ਅਤੇ ਇਹ ਐਸੀ ਸ਼ੈ ਹੈ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਦਾ ਹੱਲ ਹੁੰਦਾ, ਜਿਹਦੇ ਨਾਲ ਸਾਰੀਆਂ ਮੁਸ਼ਕਲਾਂ ਦਾ ਹੱਲ ਹੁੰਦਾ, ਜਿਹਦੇ ਨਾਲ ਬੰਦੇ ਨੂੰ ਕੋਈ ਦੁਬਦਾ ਨਹੀਂ ਵਿਆਪਦੇ। ਮਸਲਾ ਇੰਨਾ ਹੀ ਹੈ ਕਿ ਅਸੀਂ ਹੱਲ ਕਰਨ ਵਾਸਤੇ ਕਿਸੇ ਹੋਰ ਦੇ ਮੂੰਹ ਵੱਲ ਝਾਕਦੇ ਹਾਂ, ਉਹ ਨਹੀਂ, ਆਪਦੇ ਆਪ 'ਤੇ ਜ਼ਿੰਮੇਵਾਰੀ ਮੰਨ ਕੇ, ਮਾਂ ਪਿਓ ਵਜੋਂ ਵੀ, ਸਰੀਕੇ ਕਬੀਲੇ ਵਜੋਂ ਵੀ, ਅਤੇ ਇੱਕ ਬੰਦਿਆਂ ਵਜੋਂ ਵੀ, ਕਿ ਰੱਬ ਨੇ ਮਨੁੱਖਾ ਜਨਮ ਦਿੱਤਾ, ਜਿੱਥੋਂ ਤੱਕ ਹੋ ਸਕਦਾ ਅਸੀਂ ਭਲਾਈ ਕਰਨ ਦੇ ਸਮਰੱਥ ਹੋਈਏ। ਮਸਲਾ ਪੈਸੇ ਦਾ ਨਹੀਂ ਹੈਗਾ, ਮਸਲਾ ਕਿਸੇ ਸਾਧਨ ਦਾ ਨਹੀਂ ਹੈਗਾ। ਇਹ ਤੁਹਾਡੇ ਬਾਬਾ ਜੀ ਬੈਠੇ ਨੇ, ਚੰਗੇ ਭਲੇ ਸਾਬਤੀਆਂ ਲੱਤਾਂ ਵਾਲੇ ਬੰਦੇ ਉਹਨਾਂ ਪੁੰਨ ਨਹੀਂ ਕਮਾ ਸਕਦੇ ਜਿੰਨਾ ਉਹ ਕਮਾ ਰਹੇ ਨੇ, ਫਿਰ ਕਾਹਦਾ ਮਸਲਾ? ਸਾਧਨ ਦੀ ਮਸਲਾ ਨਹੀਂ ਹੈ, ਪੈਸਾ ਵੀ ਨਹੀਂ ਹੈ, ਬੰਦੇ ਦੇ ਨੀਅਤ ਦਾ, ਨੀਅਤ ਦੇ ਰਾਸ ਦਾ ਮਸਲਾ। ਠੀਕ, ਕਿ ਕਿਸ ਨੂੰ ਇਹ ਲੱਗਦਾ ਕਿ ਆਹ ਕੰਮ ਸਭ ਤੋਂ ਜ਼ਰੂਰੀ ਹੈ। ਜਿੱਦਾਂ ਸਾਨੂੰ ਇਹ ਲੱਗੇ ਕਿ ਮੇਰੇ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਪਾਠ ਸਿਖਾਵਾਂ, ਉਹਨੂੰ ਗੁਰੂ ਦੇ ਘਰ ਮੱਥਾ ਟੇਕਣ ਸਿਖਾਵਾਂ, ਤਾਂ ਤੁਹਾਡੇ ਬੱਚੇ ਨੂੰ ਚੰਗੀ ਕਿਸਮਤ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ। ਸਾਡਾ ਬੱਚੇ ਨਾਲ ਵਿਹਾਰ ਹੈ ਜਿਹੜਾ, ਜੇ ਇੱਕ ਬੱਚੇ ਨਾਲ ਵੀ ਸਹੀ ਵਿਹਾਰ ਹੋ ਗਿਆ, ਸਾਡੇ ਅੰਦਰ ਦਇਆ ਆਏਗੀ, ਜੋ ਧਰਮ ਦਾ ਮੂਲ ਹੈ, ਸਾਨੂੰ ਸਾਰੀ ਦੁਨੀਆ ਨਾਲ ਪਿਆਰ ਹੋਏਗਾ। ਵੀ ਮੇਰੀ ਸ਼ਰੀਕ ਨੇ ਕੰਧ ਢਾਹਤੀ, ਮੈਨੂੰ ਉਹਨੇ ਗਾਲ ਕੱਢਤੀ, ਹੋਰ ਸਭ ਗੱਲਾਂ ਫਾਲਤੂ ਹੋ ਜਾਣਗੀਆਂ, ਸ਼ਬਦ ਦੀ ਅਸਲੀ ਕੀਮਤ ਸਮਝ ਆ ਜਾਏਗੀ ਕਿ ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ। ਠੀਕ, ਕਿ ਰੱਬ ਸਾਰਿਆਂ ਦੇ ਅੰਦਰ ਬੈਠਾ, ਕਿਸੇ ਨੂੰ ਉਹਦੀ ਪਛਾਣ ਨਹੀਂ ਹੈ ਤਾਂ ਉਹ ਕੁਰਖਤ ਬੋਲਦਾ ਫਿਰਦਾ। ਅਤੇ ਸਾਨੂੰ ਗੁਰੂ ਨੇ ਸ਼ਬਦ ਦੇ ਲੜ ਲਾਇਆ, ਧਰਤੀ ਦੀ ਐਸ ਕੀਤੀ ਅਤੇ ਗੁਰੂ ਨੇ ਛੋਹ ਲਾਈ ਹੈ। ਸਾਡੇ ਆਲੇ ਦੁਆਲੇ ਕਿੰਨੀਆਂ ਨਿਸ਼ਾਨੀਆਂ ਨੇ, ਕਿੰਨੀਆਂ ਯਾਦਾਂ ਨੇ। ਜੇ ਇੰਨੀ ਅਮੀਰੀ ਦੇ ਹੁੰਦਿਆਂ ਵੀ ਸਾਨੂੰ ਲੱਗਦਾ ਅਸੀਂ ਗਰੀਬ ਹਾਂ, ਅਸੀਂ ਬਿਮਾਰ ਹਾਂ, ਤਾਂ ਸਾਡਾ ਹੱਲ ਕੌਣ ਕਰੂਗਾ ਜੀ? ਦੁਨੀਆ ਉਹ ਇੰਨੀਆਂ ਦੂਰੋਂ ਪਾਰੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੀ ਹੈ, ਦਮਦਮ ਸਾਹਿਬ ਦਰਸ਼ਨ ਕਰਨ ਆਉਂਦੀ ਹੈ, ਲੋਕ ਗੁਰੂ ਦੇ ਦਰਬਾਰ ਸੱਤਾਂ ਸਮੁੰਦਰਾਂ ਪਾਰ ਆਉਂਦੇ ਨੇ, ਅਸੀਂ ਇੱਥੇ ਬੈਠ ਕੇ ਆਪਣੇ ਬੱਚਿਆਂ ਨੂੰ ਉਹਦੀ ਗੱਲ ਨਹੀਂ ਸਿਖਾ ਸਕਦੇ, ਤਾਂ ਇਹਦਾ ਦੋਸ਼ ਕਿਸੇ ਨੇਤਾ 'ਤੇ ਨਹੀਂ ਹੈ, ਇਹਦਾ ਦੋਸ਼ ਕਿਸੇ ਦਫ਼ਤਰ ਵਾਲੇ ਬੰਦੇ 'ਤੇ ਨਹੀਂ ਹੈ। ਜਿਹੜੇ ਮਾਂ ਪਿਓ ਹਾਂ, ਜਿਹੜੇ ਅਸੀਂ ਇੱਥੋਂ ਦੇ ਚੌਧਰੀ ਹਾਂ,
ਅਖੀਰ ਨੂੰ ਉਹਨਾਂ 'ਤੇ ਆਉਣਾ, ਜਿਹੜਾ ਅਸੀਂ ਅੱਜ ਬੀਜ ਰਹੇ ਹਾਂ ਕੱਲ੍ਹ ਨੂੰ ਉਹਨੇ ਉੱਗਣਾ, ਜੋ ਉੱਗਿਆ ਉਹਦਾ ਫਲ ਅਸੀਂ ਭੁਗਤਣਾ। ਇਹ ਐਂ ਨਹੀਂ ਹੁੰਦਾ ਕਿ ਇਹ ਬੰਦੇ ਨੇ ਗਲਤੀ ਕਰਤੀ, ਨਹੀਂ। ਬੰਦੇ ਦਾ ਕੰਮ ਦੂਜੇ 'ਤੇ ਦੋਸ਼ ਦੇਣਾ ਨਹੀਂ ਹੁੰਦਾ, ਬੰਦੇ ਦਾ ਕੰਮ ਆਪਣੀ ਘਾਟ ਪਛਾਣਨ ਦਾ ਹੁੰਦਾ, ਬੰਦੇ ਦਾ ਕੰਮ ਗੁਣ ਨੂੰ ਪਛਾਣਨ ਦਾ, ਗੁਣ ਨੂੰ ਫੈਲਾਉਣ ਦਾ ਹੁੰਦਾ। ਅਤੇ ਸਾਨੂੰ ਇਹ ਜਿੰਨੀ ਗੱਲ ਸਮਝ ਆਊਗੀ ਸਾਡਾ ਓਨਾ ਹੀ ਜੀਵਨ ਸਫਲ ਹੈ। ਜੇ ਮੇਰੀ ਗੱਲ 'ਚ ਕੋਈ ਘਾਟ ਬਾਤ ਹੈ ਤਾਂ ਉਹਦੇ ਲਈ ਮੈਂ ਜ਼ਿੰਮੇਦਾਰ ਹਾਂ, ਜੋ ਸਹੀ ਹੈ ਉਹ ਸੰਗਤ ਦਾ ਹੈ, ਉਹ ਗੁਰੂ ਦਾ ਹੈ। ਇੰਨੀ ਗੱਲ ਨੂੰ ਲੜ ਬੰਨੋ, ਛੁੱਟੀਆਂ ਬਖਸੋ, ਭੁੱਲਾਂ ਚੁੱਕਾਂ ਲਈ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਬੰਦਿਆਂ ਵਜੋਂ ਵੀ ਕਿ ਰੱਬ ਨੇ ਮਨੁੱਖਾ ਜਨਮ ਦਿੱਤਾ, ਜਿੱਥੋਂ ਤੱਕ ਹੋ ਸਕਦਾ ਅਸੀਂ ਭਲਾਈ ਕਰਨ ਦੇ ਸਮਰੱਥ ਹੋਈਏ। ਮਸਲਾ ਪੈਸੇ ਦਾ ਨਹੀਂ ਹੈਗਾ, ਮਸਲਾ ਕਿਸੇ ਸਾਧਨ ਦਾ ਨਹੀਂ ਹੈਗਾ। ਇਹ ਤੁਹਾਡੇ ਬਾਬਾ ਜੀ ਬੈਠੇ ਨੇ, ਚੰਗੇ ਭਲੇ ਸਾਬਤੀਆਂ ਲੱਤਾਂ ਵਾਲੇ ਬੰਦੇ ਉਹਨਾਂ ਪੁੰਨ ਨਹੀਂ ਕਮਾ ਸਕਦੇ ਜਿੰਨਾ ਉਹ ਕਮਾ ਰਹੇ, ਫਿਰ ਕਾਹਦਾ ਮਸਲਾ? ਸਾਧਨ ਦੀ ਮਸਲਾ ਨਹੀਂ ਹੈ, ਪੈਸੇ ਦਾ ਵੀ ਨਹੀਂ ਹੈ, ਬੰਦੇ ਦੇ ਨੀਅਤ ਦਾ, ਨੀਅਤ ਦੇ ਰਾਸ ਦਾ ਮਸਲਾ। ਠੀਕ, ਕਿ ਕਿਸ ਨੂੰ ਇਹ ਲੱਗਦਾ ਕਿ ਆਹ ਕੰਮ ਸਭ ਤੋਂ ਜ਼ਰੂਰੀ ਹੈ। ਜਿੱਦਾਂ ਸਾਨੂੰ ਇਹ ਲੱਗੇ ਕਿ ਮੇਰੇ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਮੈਂ ਆਪਣੇ ਧੀ ਪੁੱਤ ਨੂੰ ਪਾਠ ਸਿਖਾਵਾਂ, ਉਹਨੂੰ ਗੁਰੂ ਦੇ ਘਰ ਮੱਥਾ ਟੇਕਣ ਸਿਖਾਵਾਂ, ਤਾਂ ਤੁਹਾਡੇ ਬੱਚੇ ਨੂੰ ਚੰਗੀ ਕਿਸਮਤ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ। ਸਾਡਾ ਬੱਚੇ ਨਾਲ ਵਿਹਾਰ ਹੈ ਜਿਹੜਾ, ਜੇ ਇੱਕ ਬੱਚੇ ਨਾਲ ਵੀ ਸਹੀ ਵਿਹਾਰ ਹੋ ਗਿਆ, ਸਾਡੇ ਅੰਦਰ ਦਇਆ ਆਏਗੀ, ਜੋ ਧਰਮ ਦਾ ਮੂਲ ਹੈ, ਸਾਨੂੰ ਸਾਰੀ ਦੁਨੀਆ ਨਾਲ ਪਿਆਰ ਹੋਏਗਾ। ਵੀ ਮੇਰੀ ਸ਼ਰੀਕ ਨੇ ਕੰਧ ਢਾਹਤੀ, ਮੈਨੂੰ ਉਹਨੇ ਗਾਲ ਕੱਢਤੀ, ਹੋਰ ਸਭ ਗੱਲਾਂ ਫਾਲਤੂ ਹੋ ਜਾਣਗੀਆਂ, ਸ਼ਬਦ ਦੀ ਅਸਲੀ ਕੀਮਤ ਸਮਝ ਆ ਜਾਏਗੀ ਕਿ ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ। ਠੀਕ, ਕਿ ਰੱਬ ਸਾਰਿਆਂ ਦੇ ਅੰਦਰ ਬੈਠਾ, ਕਿਸੇ ਨੂੰ ਉਹਦੀ ਪਛਾਣ ਨਹੀਂ ਹੈ ਤਾਂ ਉਹ ਕੁਰਖੁਤ ਬੋਲਦਾ ਫਿਰਦਾ। ਅਤੇ ਸਾਨੂੰ ਗੁਰੂ ਨੇ ਸ਼ਬਦ ਦੇ ਲੜ ਲਾਇਆ, ਧਰਤੀ ਦੀ ਐਸ ਕੀਤੀ ਅਤੇ ਗੁਰੂ ਨੇ ਸ਼ੋਅ ਲਾਈ ਹੈ। ਸਾਡੇ ਆਲੇ ਦੁਆਲੇ ਕਿੰਨੀਆਂ ਨਿਸ਼ਾਨੀਆਂ ਨੇ, ਕਿੰਨੀਆਂ ਯਾਦਾਂ ਨੇ। ਜੇ ਇੰਨੀ ਅਮੀਰੀ ਦੇ ਹੁੰਦਿਆਂ ਵੀ ਸਾਨੂੰ ਲੱਗਦਾ ਅਸੀਂ ਗਰੀਬ ਹਾਂ, ਅਸੀਂ ਬਿਮਾਰ ਹਾਂ, ਤਾਂ ਸਾਡਾ ਹੱਲ ਕੌਣ ਕਰੂਗਾ ਜੀ? ਦੁਨੀਆ ਉਹ ਇੰਨੀਆਂ ਦੂਰੋਂ ਪਾਰੋਂ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੀ ਹੈ, ਦਮਦਮ ਸਾਹਿਬ ਦਰਸ਼ਨ ਕਰਨ ਆਉਂਦੀ ਹੈ, ਲੋਕ ਗੁਰੂ ਦੇ ਦਰਬਾਰ ਸੱਤਾਂ ਸਮੁੰਦਰਾਂ ਪਾਰ ਆਉਂਦੇ ਨੇ, ਅਸੀਂ ਇੱਥੇ ਬੈਠ ਕੇ ਆਪਣੇ ਬੱਚਿਆਂ ਨੂੰ ਉਹਦੀ ਗੱਲ ਨਹੀਂ ਸਿਖਾ ਸਕਦੇ, ਤਾਂ ਇਹਦਾ ਦੋਸ਼ ਕਿਸੇ ਨੇਤਾ 'ਤੇ ਨਹੀਂ ਹੈ, ਇਹਦਾ ਦੋਸ਼ ਕਿਸੇ ਦਫ਼ਤਰ ਵਾਲੇ ਬੰਦੇ 'ਤੇ ਨਹੀਂ ਹੈ। ਜਿਹੜੇ ਮਾਂ ਪਿਓ ਹਾਂ, ਜਿਹੜੇ ਅਸੀਂ ਇੱਥੋਂ ਦੇ ਚੌਧਰੀ ਹਾਂ, ਅਖੀਰ ਨੂੰ ਉਹਨਾਂ 'ਤੇ ਆਉਣਾ, ਜਿਹੜਾ ਅਸੀਂ ਅੱਜ ਬੀਜ ਰਹੇ ਹਾਂ ਕੱਲ੍ਹ ਨੂੰ ਉਹਨੇ ਉੱਗਣਾ, ਜੋ ਉੱਗਿਆ ਉਹਦਾ ਫਲ ਅਸੀਂ ਭੁਗਤਣਾ। ਇਹ ਐਂ ਨਹੀਂ ਹੁੰਦਾ ਕਿ ਇਹ ਬੰਦੇ ਨੇ ਗਲਤੀ ਕਰਤੀ, ਨਹੀਂ। ਬੰਦੇ ਦਾ ਕੰਮ ਦੂਜੇ 'ਤੇ ਦੋਸ਼ ਦੇਣਾ ਨਹੀਂ ਹੁੰਦਾ, ਬੰਦੇ ਦਾ ਕੰਮ ਆਪਣੀ ਘਾਟ ਪਛਾਣਨ ਦਾ ਹੁੰਦਾ, ਬੰਦੇ ਦਾ ਕੰਮ ਗੁਣ ਨੂੰ ਪਛਾਣਨ ਦਾ, ਗੁਣ ਨੂੰ ਫੈਲਾਉਣ ਦਾ ਹੁੰਦਾ। ਅਤੇ ਸਾਨੂੰ ਇਹ ਜਿੰਨੀ ਗੱਲ ਸਮਝ ਆਊਗੀ ਸਾਡਾ ਓਨਾ ਹੀ ਜੀਵਨ ਸਫਲ ਹੈ। ਜੇ ਮੇਰੀ ਗੱਲ 'ਚ ਕੋਈ ਘਾਟ ਬਾਤ ਹੈ ਤਾਂ ਉਹਦੇ ਲਈ ਮੈਂ ਜ਼ਿੰਮੇਦਾਰ ਹਾਂ, ਜੋ ਸਹੀ ਹੈ ਉਹ ਸੰਗਤ ਦਾ ਹੈ, ਉਹ ਗੁਰੂ ਦਾ ਹੈ। ਇੰਨੀ ਗੱਲ ਨੂੰ ਲੜ ਬੰਨੋ, ਛੁੱਟੀਆਂ ਬਖਸੋ, ਭੁੱਲਾਂ ਚੁੱਕਾਂ ਲਈ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਅੰਤ ਦਾ ਦਿਨ ਆ ਗਿਆ, ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ, ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ।
ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀ ਉਸ ਰਾਤ ਘਿਓ ਦੀਆਂ ਜੋਤਾਂ ਜੱਗੀਆਂ।